उन्होंने सानू आख्या मित्रा पाकिस्तान गया बाण आप नहीं रहना अपना हो गया बट्टा मुसलमान हो गए आप जावे इधर जट गल सुनते नहीं सी वो भाजपा एक दिन निकले बेचारे राय पिंड पांच को सत्त स्टेशन पैंता है उस पता नहीं उन्होंने की बनिया किमें नहीं होगा रोटी बजे मुड़ के आ स्टेशन से पड़े ना गया राह डाट रुके कोई बंदे पे किस तरह होया उन्होंने वो मुड़ के आ गए तो मैं छत पर चढ़िया उसके थे जट लगे फिर मैंने आखिर एवं चढ़े मैं तो असा मल लेना है असा घर जाने जट आखना खतरिया खतरिया ने घर असी मलने मेरे सामने मारे एक बंदा उन्हें सिर्फ एक बंदा नहीं मारे सारे उन्हें मैं कौन खड़ा बंदे थे उन्हें हाँ मारे बरशा आ गए कहते साढ़े पिंड बंदा मुंडा जी जिन्हें मारे हाँ दो मारे बरशा जा डिग पे दो जवाक से निके निके जिम्मे माइटर का पोतरा है वो एक मोटे बहाया ही एक कुंगल ना लाया फिर उन्हें कब्जे लड़ाई हो गई साढ़े नानक पिंड दो बंदे मारे गए लड़ाई खत्म हो गए जो मुंडे मेरे को बरसा मारे है मुसलमान पुखी गए उन्होंने बरसी मिली लाहौर का कोई मुकाबला है शहर लगे लाहौर वर्गा शहर घर वे ने पर लाहौर लाहौर ही लाहौर लाहौर ही मसला से भी लिया लाहौर ने लिया और अच्छा लिया और अगले खर्चा लिया और पैसे भर लिया खर्च ने नहीं खर्च अच्छा। लिया और लिया और लिया वाजी वाह वाजी वाह लाहौर राजधानी सी हाँ नहीं राजा चंडीगढ़ के मुकाबले सी ये हाई कोर्ट सी लाहौर शहर लाहौर तो चलो राजधानी भी सी पंजाब राजधानी बाबा जी की अपना नाम है जी पूरा मेरा नाम इंदर सिंह सरदार इंदर सिंह केड़ी गो ताड़ी सिद्धू सिद्धू जेड़े सी ना सिद्धू ज्यादा चूनी तहसील सी जी माजे उधर माजा ही थले ठाड़ सी मैं देखा ना खाई दा सन फिरोजपुर तो कख नहीं जी जी नहीं है देखे हाँ जी हाँ जी ये जा सी सादा पिंड अच्छा अच्छा केड़ा की ना सी पिंड जी सिकंदरपुरा सिकंदरपुरा ये सारा मतलब सिखा दे पिंड सी कि मुसलमान भी सी आबादी है किसी मजारे ही मुसलमान जी जी जाटा सिंह का पिंड ਸਾਡੇ ਨਾਨਕੇ ਵਗੈਰਾ ਕਿੱਥੇ ਸੀਗੇ ਜੀ ਨਾਨਕੇ ਕਮਾਸ ਪਿੰਡੀ ਰਾਇਵਿੰਡ ਮੰਡੀ ਹੁੰਦੀ ਸੀ ਉਹ ਸੰਧੂ ਹੋਣਗੇ ਉਹ ਸੰਧੂ ਸੀ ਮੋਕਲ ਸੀ ਸੰਧੂ ਛੱਡ ਕੇ ਮੋਕਲ ਬੰਦਾ ਤਖਲਸ ਸੀ ਮੋਕਲ ਇਹ ਕਿਉਂ ਤਖਲਸ ਪਿਆ ਰਹਿੰਦਾ ਤਖਲਸ ਇਹਨਾਂ ਦਾ ਵੱਡਾ ਮੋਕਲ ਸੀ ਅੱਛਾ ਵੱਡਾ ਉਹਦੇ ਨਾਂ ਤੇ ਪਿਆ ਸੀ ਉਹਦੇ ਮੋਕਲ ਦੇ ਪੰਜ ਪਿੰਡ ਸੀ ਇੱਕ ਦਾਦੇ ਦੇ ਇੱਥੇ ਕਿਹੜੇ ਕਿਹੜੇ ਜੀ ਇੱਕ ਤਾਂ ਇੱਕ ਮਾਸ ਇੱਕ ਮਾਲਾ ਮਾਸਟਰ ਦੇ ਨਾਨਕੇ ਸੀ ਇੱਕ ਸੁਲਤਾਨਕੇ ਸੀ ਇੱਕ ਭਾਈ ਕੋਟ ਸੀ ਇੱਕ ਬੱਦੋ ਕੇ ਸੀ ਇਹ ਪੰਜ ਪਿੰਡ ਮੋਕਲ ਦੇ ਸੀ ਇੱਕ ਦੀ ਲਾਸ਼ ਇੱਕ ਦੀ ਲਾਸ਼ ਵੱਡੀ ਗੱਲ ਹੈ ਤੁਹਾਡੇ ਸਿੱਧੂਆਂ ਨੇ ਜੱਗਾ ਪੈਦਾ ਕੀਤਾ ਹਾਂ ਜੱਗਾ ਸਾਡੇ ਨਾਲ ਦੇ ਪਿੰਡ ਦਾ ਸੀ ਨਾਲ ਦੇ ਪਿੰਡ ਦਾ ਸੀ ਹਾਂ ਵਾਹ ਜੀ ਵਾਹ ਦੋ ਉਮੀਦਾਂ ਤੋਂ ਪੰਜ ਸੀ ਉਹਦਾ ਕਿਹੜਾ ਪਿੰਡ ਸੀ ਉਹਨਾਂ ਦਾ ਬੁਰਜ ਅੱਛਾ ਇਹ ਪਤਾ ਲੱਗਾ ਸੀ ਕਿ ਉਹਨਾਂ ਦੀ ਧੀ ਪਿੱਛੇ ਜੇ ਦੁਨੀਆਂ ਤੋਂ ਗਈ ਹੈ ਜੀ ਉਹ ਮੈਂ ਤੁਹਾਨੂੰ ਦੱਸਦਾ ਉਹ ਜਿਹੜਾ ਸੀ ਜੱਗਾ ਉਹਦੀ ਇੱਕ ਲੜਕੀ ਲਟਕੀ ਸੀ ਉਹਦੇ ਫਿਰ ਜਿਹੜੀ ਜ਼ਮੀਨ ਸੀ ਜਾਇਦਾਦ ਦੀ ਉਹ ਇੱਥੇ ਆਈ ਸੀ ਲਾਟ ਹੋਈ ਝੰਡੇ ਕਲਾਂ ਝੰਡੇ ਕਲਾਂ ਮਾਈ ਇੰਦਰ ਕੌਰ ਸੀ ਉਹਦੇ ਨਾਂ ਅੱਬਰ ਨੰਬਰ ਜਿਹੜਾ ਪਹਿਲਾਂ ਚੱਲਿਆ ਨਾ ਅਲਾਟਮੈਂਟ ਦਾ ਸ਼ੁਰੂ ਨੰਬਰ ਇੱਕ ਨੰਬਰ ਉਹ ਉੱਥੋਂ ਉਹਨੂੰ ਲਾਟ ਹੋਈ ਪਹਿਲੇ ਦਿਨ ਇੰਦਰ ਕੌਰ ਦੇ ਨਾਂ ਨਾਂ 'ਤੇ ਚੱਲੀ ਅੱਛਾ ਇੱਕ ਨੰਬਰ 'ਤੇ ਹਾਂ ਰਸੀਦ ਵੀ ਚੱਲਦੀ ਸੀ ਹਾਂ ਬਿਲਕੁਲ ਹਾਂ ਅਤੇ ਕਾਫੀ ਸਾਲ ਇੱਥੇ ਰਹੀ ਬੀਬੀ ਫਿਰ ਇੱਥੇ ਰਹਿੰਦੀ ਸੀ ਬਸ ਫਿਰ ਇਹ ਫਿਰ ਜਦੋਂ ਪੈਕਟ ਬਣ ਗਿਆ ਨਾ ਕੁੜੀਆਂ ਦੇ ਨਾਂ ਨੂੰ ਜ਼ਿਆਦਾ ਲੱਗਣ ਲੱਗ ਪਈ ਉਹ ਫਿਰ ਕੁੜੀ ਉਹਦੀ ਗਈ ਪਿੰਡ ਮਣਾਲੀ ਮਣਾਵਾਲੀ ਹਾਂ ਇੱਥੇ ਹੈਗਾ ਹੈ ਦਾਬੇ ਦੀ ਸਾਈਡ 'ਤੇ ਹੈਗਾ ਬਾਰਡਰ 'ਤੇ ਆ ਫਿਰੋਜ਼ਪੁਰ ਦੇ 'ਤੇ ਬਿਲਕੁਲ ਜੀ ਬਿਲਕੁਲ ਮਹਿਣਾ ਤੱਕ ਉੱਤੇ ਛਿੜਕਦੇ ਆ ਅਤੇ ਉਹ ਨਾਲ ਹੈ ਭਾਈ ਮਣਾਲੀ ਪਿੰਡ ਹੈ ਉਹ ਫਿਰ ਉਹਨੇ ਇੱਥੇ ਜ਼ਮੀਨ ਵੇਖ ਕੇ ਉਹ ਬੁੜੀ ਨੌਸਰੀ ਬੁੜੀ ਦੇ ਚੋਤੀ ਹੋਈ ਉਹ ਲੜਕੀ ਉਹਨੂੰ ਲੈ ਗਈ ਉੱਥੇ ਜ਼ਮੀਨ ਦੀ ਲਾਲਚ ਕਰੀ ਚਾਲੀ ਕਿਲੇ ਜ਼ਮੀਨ ਲਾ ਕੇ ਸੀ ਅੱਛਾ ਤੁਸੀਂ ਜੱਗੇ ਬਾਰੇ ਕਾਫੀ ਗੱਲਾਂ ਸੁਣੀਆਂ ਜੀ ਨਹੀਂ ਸਾਡੇ ਸਮਾਜ ਤੱਕ ਹੋ ਗਿਆ ਪਰ ਤੁਹਾਡੇ ਬਜ਼ੁਰਗਾਂ ਨੇ ਦੇਖਿਆ ਹਾਂ ਸਾਡੇ ਬਜ਼ੁਰਗਾਂ ਵੇਖਿਆ ਅਸੀਂ ਨਹੀਂ ਵੇਖਿਆ
ਬਾਬਾ ਜੀ ਆਪਣੇ ਪਿੰਡ ਬਾਰੇ ਜ਼ਰੂਰ ਦੱਸੋ ਵੀ ਕਿੱਦਾਂ ਦਾ ਪਿੰਡ ਸੀ, ਕਿਹੜੇ ਕਿਹੜੇ ਲੋਕ ਵਸਦੇ ਸੀ? ਸਾਡੇ ਪਿੰਡ ਅਸੀਂ ਤਾਂ ਸਿੱਧੂ ਜਾਇ ਜੱਟ ਇੱਕ ਪੰਡਤਾਂ ਦਾ ਸੀ, ਦੋ ਕੁਰਬਾਨੀਆਂ ਦੇ ਸੀ, ਹੋਰ ਮੁਸਲਮਾਨ ਸੀ, ਮਾਛੀ ਜਾਤ ਦੇ, ਤੇਲੀ ਜਾਤ ਦੇ, ਰਾਈ ਸੀ ਜਾਤ ਦੇ, ਇੱਕ ਮਾਹਰ ਬਣਦੇ ਸੀ। ਠੀਕ। ਉਹਨਾਂ ਦੀ ਛਿੜਕ ਸਾਡੇ ਪਿੰਡੋਂ ਲੰਘਦੀ, ਕੱਚੀ ਸੋਹਲ ਹੁਣ ਮੈਂ ਗਿਆ ਪੱਕੀ ਸੀ। ਉਹ ਗੱਲਾਂ ਵੀ ਤੁਹਾਡੇ ਤੋਂ ਸੁਣਨੀਆਂ ਜੋ ਤੁਸੀਂ ਦੁਬਾਰਾ ਗਏ। ਹਾਂ, ਆਲੇ ਦੁਆਲੇ ਕਿਹੜੇ ਪਿੰਡ ਸੀਗੇ ਜੀ? ਸਾਡੇ ਪਿੰਡ ਸੈਦਪੁਰ ਸ਼ਹਿਰ ਪਾਸੇ, ਉਹ ਵੀ ਜੱਟਾਂ ਸਿਖਾਉਂਦੇ, ਇਹ ਭਾਈ ਰਾਜੋਵਾਲ ਸੀ ਉਹ ਮੁਸਲਮਾਨਾਂ ਦਾ, ਅਗਲੇ ਪਾਸੇ ਬੁਰੀ ਸੀ ਜਗ੍ਹਾ ਦਾ ਪਿੰਡ, ਅਗਲੇ ਪਾਸੇ ਭੀਮਕੇ ਸੀ ਪੈਸੇ, ਇਸ ਪਾਸੇ ਖੋਦੇ ਸੀ, ਲੰਮੇ ਸੀ ਪਿੰਡ, ਲੰਮੇ ਖਾਲਸਾ ਪਿੰਡ ਦੇ ਨਾਂ ਸੀ, ਅਗਾਂ ਫਿਰ ਕਾਲੇ ਸੀ, ਬਾਬੇ ਸਰਦਾਰੀ ਰਾਮ ਦਾ ਪਿੰਡ ਸੰਤ ਹੋਇਆ ਉੱਥੇ, ਅਗਾਂ ਮਰਾਲੀਆਂ ਸੀ, ਖੰਗਰ ਸੀ, ਅਗਾਂ ਖਾਈ ਸੀ, ਮੁਸਲਮਾਨ ਦਾ ਪਿੰਡ ਸੀ ਉਹ ਵੀ। ਇਹ ਮੁਸਲਮਾਨ ਵੀ ਜੱਟ ਸੀਗੇ? ਪਤਾ ਨਹੀਂ ਕੀ ਜਾਤ ਦੇ ਸੀ, ਜਿਹੜੇ ਸੀ ਨਾ ਸਹਿ ਰਾਜਾ ਦਾ ਕਮੋਹ ਸੀ ਜਾਤ ਦੇ ਮੁਸਲਮਾਨ। ਹਾਂ, ਇਸ ਤਰ੍ਹਾਂ ਦਾ ਤੁਹਾਡੇ ਨਾਲ ਉਹਨਾਂ ਦਾ ਮੇਲ ਜੋਲ ਸੀ? ਸਾਡੇ ਬੜਾ ਚੰਗਾ ਇਹਨਾਂ ਦਾ ਮੇਲ ਜੋਲ, ਬਹੁਤ ਵਧੀਆ। ਤੁਹਾਡੀ ਕੋਈ 25 ਸਾਲ ਉਮਰ ਸੀ ਜਦੋਂ? ਮੇਰੀ ਵੈਸੇ 16 ਸਾਲ ਦੀ ਉਮਰ ਸੀ। 16 ਸਾਲ? ਹਾਂ। ਤੁਹਾਡੇ ਸੱਜਣ ਮਿੱਤਰ ਵੀ ਹੋਣਗੇ ਫਿਰ ਮੁਸਲਮਾਨ? ਹਾਂ, ਬੜੇ ਸੱਜਣ ਮਿੱਤਰ। ਕੀ ਨਾਂ ਸੀ ਉਹਨਾਂ ਦੇ ਜੀ? ਇੱਕ ਤਾਂ ਸੀ ਤਰਖਾਨ, ਉਹਦਾ ਨਾਂ ਹਾਕਮ ਅਲੀ ਸੀ, ਬਰਕਤ ਅਲੀ ਦੋ ਭਰਾ ਸੀ, ਉਹ ਪਿਓ ਨਾਲ ਦੁੱਲਾ ਸੀ, ਤੁਹਾਡੇ ਪਿੰਡ ਦੇ? ਸਾਡੇ ਪਿੰਡ ਦੇ। ਉਹ ਸਾਡੇ ਨਾਲ ਮੇਲ ਮਿਲਾਪ ਸੀ ਬਾਬਾ, ਉਹ ਸਾਡੇ ਘਰ, ਉਹਨਾਂ ਘਰ ਤੰਗ ਸੀ, ਸਾਡੇ ਘਰ ਮਾਲ ਪੁਲ ਸਾਡੇ ਘਰ ਬਣਦੇ ਜੀ, ਬੜਾ ਇੱਧਰ ਆਉਣਾ ਜਾਣਾ। ਮਾਚੀ ਜੀ ਇੱਕ ਉਹਦੇ ਕੋਲ ਹੁਣ ਗਿਆ, ਉਹਦਾ ਨਾਂ ਹੈ ਗੁਲਾਮ ਮੁਹੰਮਦ, ਉਹਦੇ ਹੁਣ ਮਲੰਗੀ ਨੇ, ਮਲੰਗੀ। ਹਾਂ, ਬਹੁਤ ਚੰਗਾ ਵਰਤਾਵ ਕੀਤਾ। ਅਸੀਂ ਗਏ ਹੁਣ, ਮੈਂ ਦੋ ਵਾਰ ਗਿਆ, ਸੰਨ 6 ਚ ਵੀ, ਸੰਨ 7 ਚ ਵੀ, ਇੱਕ ਸੰਨ 56 ਚ ਗਿਆ, ਆਏ ਸੌ ਤਰ ਉਦੋਂ ਵੀ। ਇਹ ਸਾਰੀਆਂ ਗੱਲਾਂ ਤੁਹਾਨੂੰ ਪੁੱਛਣੀਆਂ ਨੇ? ਹਾਂ, ਚਲੋ ਪੁੱਛੀ, ਜਿਹੜੀ ਪੁੱਛੋ ਦੱਸਿਆ ਜੀ। ਠੀਕ ਹੈ ਜੀ, ਤੁਸੀਂ ਸਕੂਲੇ ਵੀ ਗਏ ਫਿਰ? ਸਕੂਲੇ ਨਹੀਂ ਗਏ, ਉਦੋਂ ਬਹੁਤੇ ਜੱਟ ਪੜ੍ਹਦੇ ਨਹੀਂ ਸੀਗੇ ਜੀ। ਸਕੂਲੇ ਮੈਂ 4 ਪੜ੍ਹਿਆ। ਕਿਹੜਾ ਸਕੂਲ ਸੀਗਾ ਜੀ? ਸਾਡੇ ਪਿੰਡ ਕਮਾਸ ਪਿੰਡ ਸੀ, ਉੱਥੇ ਪ੍ਰਾਇਮਰੀ ਸਕੂਲ ਸੀ ਉਸ ਵੇਲੇ, ਕਮਾਸ। ਹਾਂ, ਠੀਕ ਹੈ। ਟੀਚਰ ਯਾਦ ਨੇ ਜੀ ਆਪਣੇ? ਹੈਂ, ਆਪਣੇ ਟੀਚਰ ਜਿਹੜੇ ਤੁਹਾਨੂੰ ਪੜ੍ਹਾਉਂਦੇ ਸੀ? ਸਾਡੇ ਪੈਰਾ ਲਾਲ ਸੀ, ਕਈ ਵੈਸਾ, ਉਹ ਸਿਆਲਕੋਟ ਜ਼ਿਲ੍ਹੇ ਦਾ ਸੀ ਜੀ, ਪੰਡਿਤ ਲੱਭੂ ਰਾਮ ਸੀ, ਉਹ ਦੋ ਜਮਾਤ ਉਹ ਕਰਾਂਗੇ, ਪਹਿਲੀ ਦੂਜੀ ਦੇ, ਪਿਆਰਾ ਲਾਲ ਸਾਨੂੰ ਤੀਜੀ ਚੌਥੀ ਕਰਾਂਗਾ। ਠੀਕ ਹੈ ਜੀ। ਅਤੇ ਜਿਹੜੇ ਨਾਲ ਪੜ੍ਹਦੇ ਸੀ, ਕਾਫੀ ਪਿੰਡਾਂ ਦੇ ਬੱਚੇ ਆਉਂਦੇ ਸੀ? ਨਹੀਂ, ਦੋ ਪਿੰਡਾਂ ਦੇ ਆਉਂਦੇ, ਉਹਨਾਂ ਪਹਿਲਾਂ ਸੁਲਤਾਨਕੇ ਸੀ, ਉੱਥੇ ਸਕੂਲ ਸਾਡੇ ਕੋਲ ਨਹੀਂ ਸੀ, ਅਸੀਂ ਉੱਥੇ ਪੜ੍ਹਨ ਜਾਂਦੇ, ਉਸ ਦਿਨ ਇੱਕ ਮਾਸਟਰ ਆ ਗਿਆ ਬਦ ਦਿਮਾਗ ਜਿਹਾ, ਉਹਨੇ ਸਾਨੂੰ ਮੁੰਡੇ ਤੱਕ ਪੜ੍ਹਦੇ ਨੇ ਖੁਸ਼ ਹੋਏ, ਕਈਆਂ ਫੜਾਂ ਹਟਾ ਦਿਓ, ਆ ਬਣਾ ਦਿਓ, ਸਕੂਲ ਨਵਾਂ ਬਣਾਵਾਂਗੇ, ਬਦ ਦਿਮਾਗ ਸੀ ਉਹ, ਸ਼ਾਮ ਨੂੰ ਸਾਨੂੰ ਆਖਣਾ ਪਿਆ ਨਾਲ ਛੱਪੜ ਸੀ ਨਾਲੋ ਉੱਥੇ। ਮੈਂ ਪਿੰਡ ਗਿਆ, ਇੱਥੇ ਕੋਈ ਮਿੱਟੀ ਲੱਗੀ ਰਹੇਗੀ ਕਿਤੇ ਨਾਤੇ ਦਾ। ਅੱਛਾ। ਮੇਰੇ ਬਾਬ ਨੇ ਮੈਨੂੰ ਪੁੱਛਿਆ ਜੇ ਫੜ ਕੇ ਕੰਨੂ ਗਿਆ, ਆ ਕੇ ਕੀਤਾ ਹੈ ਜੀ, ਸਕੂਲੇ ਜਾਂਦੇ ਰਾਜ ਖੂਬ ਗੇਰੇ ਖੇਡਦੇ ਰਹਿੰਦੇ ਜੇ, ਮੈਂ ਨਹੀਂ ਜਾਂਦੇ ਹਾਂ, ਆਹ ਮਿੱਟੀ ਲੱਗੀ ਤੈਨੂੰ, ਮੈਂ ਕਿਹਾ ਅਸੀਂ ਨਾਤੇ ਦਾ, ਕਿੱਥੇ ਨਾ ਮੈਂ ਛੱਪੜ ਜੇ, ਤੈਨੂੰ ਕਿ ਕੰਜਰ ਆ ਕੇ ਨਾਲਾ ਛੱਪੜ ਜੇ, ਮੈਂ ਕਿਹਾ ਵੀ ਮੈਨੂੰ ਮਾਸਟਰ ਸੰਤ ਆਉਂਦਾ ਸੀ, ਉਹਨੇ ਘੋੜੀ ਪਾ ਲਈ ਕਾਠੀ ਦੇ ਨਾਲ, ਇੱਕ ਸਾਡੇ ਮੇਰੇ ਨਾਲ ਮੁੰਡਾ ਪੜ੍ਹਦਾ ਦਵਾਨ ਸਿੰਘ ਬੇਰੀ ਜਾਦੇ ਸੀ, ਉਹ ਖੱਤਰੀ ਜੀ ਜੀ, ਉਹਦੇ ਪਿਓ ਲੈ ਲਿਆ ਨਾਲ, ਤੁਹਾਨੂੰ ਜਾ ਕੇ ਮਾਸਟਰ ਪੜ੍ਹ ਲਿਆ, ਮਾਸਟਰ ਖੜਕਾਇਆ ਬਾਬਾ, ਕੁੱਟ ਦਿੱਤਾ ਮਾਸਟਰ, ਕੁੱਟ ਦਿੱਤਾ ਮਾਸਟਰ ਜਾਣ ਬਾਬਾ ਨੇ, ਉਹਨੇ ਅਜੇ ਕੱਟੇ ਵਿੱਚ ਚਾਰ ਰਹੇ ਨੇ, ਸਾਡੇ ਘਰ ਦੇ ਚਾਰ ਜਾਂਦੇ, ਤੁਸੀਂ ਛੱਪੜ ਵੀ ਬਾਹਰ, ਉਹਨਾਂ ਨੇ ਕਹਿੰਦੀ ਠੰਡ ਹੋਏ ਤਾਂ ਕੌਣ ਜਿੰਮੇ ਮਾਰੇ, ਉਹਨਾਂ ਤਾਂ ਸਕੂਲੇ ਨਹੀਂ ਜਾਣਾ, ਉਹਨਾਂ ਚਾਰਾ ਚੁਰੇ ਸਕੂਲ ਪਿੰਡ ਲੈ ਲੈਣਾ, ਫਿਰ ਹੀ ਪਿੰਡ ਪੜ੍ਹਦੇ ਰਹੇ। ਲਾਹੌਰੀ ਸੀ ਗਰਮ ਦਾ ਸਵਾਦ, ਮਾਝਾ ਗਰਮ ਹੈ ਜੀ। ਹਾਂ, ਠੀਕ ਹੈ ਜੀ। ਤੁਸੀਂ ਫਿਰ ਮੁੜ ਕੇ ਸਕੂਲ ਨਹੀਂ ਗਏ? ਨਾ, ਮੁੜ ਕੇ ਨਾ, ਸੁਬਹ ਹੀ ਪਿੰਡ ਲਿਆਂਦਾ ਸਾਡੇ ਬਦਲ ਕੇ ਉੱਥੋਂ। ਠੀਕ ਹੈ ਜੀ। ਉਹ ਫਿਰ ਉਹਨਾਂ ਦੇ ਮੁੰਡੇ ਸਾਡੇ ਆਉਣ ਲੱਗ ਪਏ ਇੱਥੇ, ਜਿਵੇਂ ਅਸੀਂ ਰਹਿੰਦੇ ਸਾਂ। ਮਾਸਟਰ ਮੁੜ ਕੇ ਮਿਲਿਆ ਕਦੀ? ਉਹ ਮਾਸਟਰ ਗਿਆ, ਉਹਨੂੰ ਕਿ ਮਿਲਣਾ ਸੀ, ਉਹ ਪੈਰਾਂ ਵਾਲ ਮਿਲਦਾ ਰਿਹਾ। ਉਹਦਾ ਕੀ ਨਾਂ ਸੀ ਜਿਹੜਾ ਕੁੱਟਿਆ ਜੀ? ਉਹਦਾ ਨਹੀਂ ਨਾਂ ਦਾ ਪਾਣਾ, ਇੱਕ ਸੀ। ਖੇਤੀਬਾੜੀ ਦਾ ਕੰਮ ਕਰਦੇ ਸੀ ਤੁਸੀਂ? ਨਹੀਂ, ਖੇਤੀਬਾੜੀ ਖੇਤੀਬਾੜੀ ਜੱਟਾਂ ਦਾ ਕੰਮ। ਤੁਸੀਂ ਵਪਾਰ ਵੀ ਕਰਦੇ ਸੀ ਜੱਟ? ਨਹੀਂ, ਵਪਾਰ ਹੋਰ ਕੋਈ ਕਰਨ ਵਾਲੇ ਹੋਣਗੇ, ਅਸੀਂ ਨਹੀਂ ਕਰਦੇ। ਠੀਕ। ਅਸੀਂ ਦੋ ਪਿੰਡਾਂ ਜਾਇਦਾਦ ਸੀ, ਮੇਰੇ ਨਾਨਕੇ, ਮੇਰੇ ਮਾਮਾ ਸਾਡਾ ਕੋਈ ਸੀ, ਉਹ ਵੀ ਸਾਡੇ ਸੀ, ਸਾਡੀ ਆਪਦੀ ਜਾਇਦਾਦ ਕਾਫੀ ਸੀ, ਬਾਬਾ ਕੋਲ 250 ਕਿੱਲਾ ਜ਼ਮੀਨ ਸੀ। ਠੀਕ। ਇਹਦਾ ਮਤਲਬ ਤੁਹਾਡਾ ਜਿਹੜਾ ਉੱਧਰ ਜਿਹੜਾ ਪੂਰਾ
ਅਸੀਂ ਆਪ ਨਹੀਂ ਕੰਮ ਆਏ ਤੇ ਹਿੱਸੇ ਜ਼ਮੀਨ ਦਿੰਦੇ, ਮਜ਼ਾਰੇ ਸਾਡੇ ਕੰਮ ਕਰਦੇ, ਪੱਠੇ ਸਾਡੇ ਉਹ ਪਾਉਂਦੇ, ਮੱਝਾਂ ਸਾਡੀਆਂ ਉਹ ਚੋਂਦੇ। ਮਜ਼ਾਰੇ ਕੌਣ ਸੀਗੇ ਜੀ? ਮਜ਼ਾਰੇ ਖੱਤਰੀ ਸੀ, ਇਸ ਪਿੰਡ ਕਮਾਰ ਸਾਡੇ ਨਾਲ ਖੱਤਰੀ ਸੀ। ਖੱਤਰੀ ਤੁਹਾਡੇ ਮਜ਼ਾਰੇ ਸੀ? ਹਾਂ, ਪਹਿਲੀ ਵਾਰੀ ਸੁਣਿਆ। ਉਹ ਵਾਹੀ ਕਰਦੇ। ਨਾਮ ਯਾਦ ਨੇ ਜੀ ਉਹਨਾਂ ਦੇ? ਨਾਮ ਯਾਦ ਹੈ। ਮੁੜ ਕੇ ਮੁਲਾਕਾਤ ਹੋਈ ਉਹਨਾਂ ਨਾਲ? ਹੁਣ ਹੋਈ ਮੁਲਾਕਾਤ। ਹੁਣ ਤਾਂ ਬਹੁਤ ਵੱਡੇ ਬੰਦੇ ਬਣ ਗਏ ਹੋਣੇ। ਹੁਣ ਤਾਂ ਉਹ ਯੂਪੀ ਚਲੇ ਗਏ। ਠੀਕ ਹੈ ਜੀ। ਉਹ ਤਾਂ ਰਿਸ਼ਤੇਦਾਰ ਬਣ ਗਏ ਨੇ। ਮੈਂ ਜਾ ਯੂਪੀ ਕੋਲ ਉਹਨਾਂ ਕੋਲ। ਇਹ ਸਿੱਖ ਖੱਤਰੀ ਸੀ ਕਿ ਮੂਨੀ ਖੱਤਰੀ? ਸਿੱਖ, ਸਿੱਖ ਖੱਤਰੀ। ਹਾਂ, ਉਹਨਾਂ ਕੋਲ ਥੋੜ੍ਹੀ ਜਿਹੀ ਜ਼ਮੀਨ ਆਪਦੀ ਵੀ ਸੀ, ਬਾਕੀ ਤੁਹਾਡੇ ਤੋਂ ਲੈ ਲੈਂਦੇ ਸੀ। ਹਾਂ, ਦੋ ਦੋ ਕਿੱਲੇ, ਡੂਢ ਕਿੱਲੇ ਕਹੇ, ਪੰਜ ਕਿੱਲੇ, ਚਾਰ ਕਿੱਲੇ, ਇਸ ਤਰ੍ਹਾਂ ਹੀ ਉਹਨਾਂ ਕੋਲ ਜ਼ਮੀਨ। ਅਤੇ ਜੱਟਾਂ ਦੀਆਂ ਆਪਸ 'ਚ ਲੜਾਈਆਂ ਚੱਲਦੀਆਂ ਰਹਿੰਦੀਆਂ ਸੀ ਉੱਥੇ? ਨਹੀਂ, ਸਾਡੇ ਤਾਂ ਪਿੰਡ ਕੋਈ ਲੜਾਈ ਨਹੀਂ ਹੋਈ, ਨਾਨਕਿਆਂ ਸਾਡੇ ਅਤੇ ਨਾ ਸਾਡੇ ਪਿੰਡ, ਨਾਲ ਦੇ ਪਿੰਡ ਲੜਾਈ ਹੋਈ। ਮਾਸਟਰ ਨਾਨਕੇ ਦੇ ਪਿੰਡ, ਕਿਹੜੇ ਪਿੰਡ ਜੀ? ਮਾਲੇ ਦਾ ਨਾਨਕੇ ਸੀ, ਉੱਥੇ ਲੜਾਈ ਹੁੰਦੀ ਸੀ। ਠੀਕ ਹੈ। ਇਹਦੇ ਨਾਨਕੇ ਬੰਦੇ ਮਾਰਦੇ ਮੁਰਗ ਨੂੰ, ਇੱਕ ਦੂਜੇ ਦੇ, ਇੱਕ ਦੂਜੇ ਦੇ ਚੱਲਦਾ ਸੀ। ਹਾਂ, ਤੜਬੰਦੀ ਚੱਲਦੀ। ਠੀਕ ਅਤੇ ਬਾਬਾ ਜੀ, 47 ਦੇ ਵੇਲੇ ਤੁਸੀਂ ਵਿਆਹ ਹੋ ਸੀਗੇ? ਹਾਂ, 47 ਤੋਂ ਪਹਿਲਾਂ ਤੁਹਾਡੀ ਮੈਰਿਜ ਹੋ ਗਈ ਸੀ, ਵਿਆਹ ਹੋ ਗਿਆ। ਪਹਿਲਾਂ ਕਿਹੜੇ ਪਿੰਡ ਵਿਆਹੁਣ ਗਿਆ ਸੀ? ਮਾਨਕ। ਉਹ ਕਿਹੜੀ ਗੋਦ ਦਾ ਪਿੰਡ ਸੀ? ਉਹ ਸੰਘਵਾਲਾ। ਉਹ ਵੀ ਸੰਘਵਾਲਾ ਸੀ। ਕਿਵੇਂ ਬਰਾਤਾਂ ਜਾਂਦੀਆਂ ਸੀ ਉਦੋਂ, ਪੂਰਾ ਦੱਸਿਓ ਮਾੜਾ ਸਿਸਟਮ। ਬਰਾਤਾਂ ਜਾਂਦੀਆਂ ਘੋੜੀਆਂ ਤੇ। ਠੀਕ ਹੈ ਜੀ। 25-30 ਬੰਦੇ ਹੋਣ, ਵੱਧ ਤੋਂ 40 ਹੋਣ, ਘੋੜੀਆਂ ਆਪੋ ਆਪਣੀਆਂ ਲੈਣੀਆਂ, ਘੋੜੀਆਂ ਜਾਣਾ, ਅਗਲੇ ਬਰਾਤਾਂ ਸਾਂਭਣੀਆਂ, ਘੋੜੀਆਂ ਨੂੰ ਪੱਟਾ ਦਿੱਤਾ ਪਾਉਣਾ, ਜਾਂ ਬਰਾਤ ਦੀ ਸੇਵਾ ਸੋ ਜਿੰਨੀ ਕੁਝ ਨਹੀਂ, ਆਉਣ ਵਾਲੀਆਂ ਪੈਰ ਪੈਲਸਾਂ ਜਾਂ ਮਠਿਆਈਆਂ ਮੁਠੀਆਂ ਕੋਣੀ ਸੀ। ਕੀ ਕੀ ਹੁੰਦਾ ਸੀ ਖਾਣ ਲਈ? ਖਾਣ ਜੇ ਬਰਾਤ ਜਾਂਦੀ ਪੈਂਦੀ ਨਾ, ਮੰਜੇ ਡਾਹੇ ਹੁੰਦੇ, ਗਰਮੀਆਂ 'ਚ ਕਈ ਛੱਤਾਂ ਛੁੱਤਾਂ ਡਾਹ ਦਿੰਦੇ, ਜਾਂ ਗੁਰਦੁਆਰਿਆਂ 'ਚ ਚੰਗਾ ਥਾਂ ਖੁੱਲ੍ਹਾਂ ਦਾ ਉੱਥੇ ਡਾਹ ਦਿੰਦੇ, ਜਾਂ ਬਾਬਾ ਗਰਮੀਆਂ ਦੇ ਹਿਸਾਬ ਨਾਲ ਉੱਥੇ ਜਾਂਦਾ ਬਹਿ ਕੇ ਦੇ ਉਹਨਾਂ ਨੇ ਇੱਕ ਇੱਕ ਲੱਡੂ ਐਡੇ ਡਾ, ਇੱਕ ਮੱਠੀ ਨਾਲ ਨਮਕੀਨ, ਅਤੇ ਜੇ ਗਰਮੀ ਹੋਣਾ ਤਾਂ ਉਹਨਾਂ ਲੱਸੀ ਕੱਚੀ ਬਣਾ ਦੇਣੀ, ਬਰਫ਼ ਪਾ ਕੇ ਕੌੜਾ ਪਾ ਦੇਣਾ, ਬਸ ਇੰਨੀ ਸੇਵਾ ਸੀ। ਅੱਛਾ ਜੀ। ਰਾਤ ਰਹਿੰਦੀ ਸੀ ਬਰਾਤ? ਰਾਤ ਰਹਿੰਦੀ ਸੀ। ਰਾਤ ਨੂੰ ਚੌਲ ਅਤੇ ਸਬਜ਼ੀ, ਗਰਮੀਆਂ ਹੋਣ 'ਤੇ ਟਿੰਡਿਆਂ ਦੀ, ਅੱਜ ਕੱਲ੍ਹ ਤਾਂ ਆਲੂ ਮਟਰ। ਸਵੇਰੇ ਉਹਨਾਂ ਕੜਾਹ ਪ੍ਰਸ਼ਾਦ ਬਣਾਉਣ ਖੰਡ ਦਾ ਰਾਤ ਲਈ, ਨਾਲ ਖੰਡ ਦਾ ਕੜਾਹ ਪ੍ਰਸ਼ਾਦ ਵਧੀਆ ਮੰਨਿਆ ਜਾਂਦਾ। ਹਾਂ, ਦੇਸੀ ਘਿਓ ਹੁੰਦੇ ਉਦੋਂ, ਦੇਸੀ ਘਿਓ ਆ ਨਹੀਂ ਚੱਲਦੇ, ਪਰ ਪੈਂਟ ਪੁਇੰਟ ਕੋਈ ਨਹੀਂ ਹੁੰਦੀਆਂ, ਉਹ ਦੇਸੀ ਘਿਓ ਬਣਾ ਪ੍ਰਸ਼ਾਦ, ਉਮਰ ਜਾਂਜ ਨੂੰ ਵਰਤਾਉਣਾ, ਨਾ ਟਿੰਡਿਆਂ ਨੂੰ ਸਬਜ਼ੀ, ਮੀਟ ਮੂਟ ਪਵਾਉਣਾ ਹੁੰਦਾ ਨਹੀਂ, ਮੀਟ ਨਹੀਂ ਸੀ ਹੁੰਦਾ, ਨਾ ਸ਼ਰਾਬ ਵੀ ਨਹੀਂ ਹੁੰਦੀ ਹੁਣ, ਨਾ ਸ਼ਰਾਬ ਆਪਣੇ ਆਪ ਕੋ ਬੁਲਾਏ ਗਿਆ, ਉਹਦੇ ਪੀਲੇ ਪੀਲੇ ਉਹ ਨਹੀਂ ਮਿਲਦੀ ਸੀ। ਤੁਸੀਂ ਫਿਰ 2 ਦਿਨ ਬਰਾਤ ਰਹੀ ਉੱਥੇ? 2 ਰਾਤਾਂ? ਇੱਕ ਰਾਤ। ਇੱਕ ਰਾਤ। ਠੀਕ। ਇਹ ਜਦੋਂ ਪਾਕਿਸਤਾਨ ਬਣਿਆ ਜੀ, ਹਾਂ, ਉਦੋਂ ਦੀਆਂ ਵੀ ਗੱਲਾਂ ਸੁਣਾਓ, ਤੁਹਾਨੂੰ ਕਿਵੇਂ ਖਬਰ ਮਿਲੀ? ਖਬਰ ਮਿਲੀ ਸਾਡੇ ਸੀ ਮਹਿਤੇ ਜਾ ਦੇ ਖੱਤਰੀ, ਉਹਨਾਂ ਕੋਲ ਜ਼ਮੀਨਾਂ ਸੀ, ਇੱਕ ਤੋਂ ਦੋ ਦੁਕਾਨਾਂ ਕਰਦੇ, ਬਾਕੀ ਵਾਹੀ ਕਰਦੇ ਸੀ। ਉਸ ਨਾਲ ਜ਼ਮੀਨ ਸਿੱਖ ਬੜੀ ਲੈਣੀ, ਉਹ ਇੱਕ ਬਿਹਾਰੀ ਸ਼ਾਹ ਸੀ, ਉਹਦੇ 40 ਕਿੱਲੇ ਖਵਾ ਜਦੋਂ ਨਿਕਲ ਕੇ ਆਏ, ਬੜੀ ਵੱਡੀ ਵਾਹੀ ਕਰਦੇ। ਉਹਨਾਂ 'ਚ ਸਾਡੀਆਂ ਮਕਾਨ ਉੱਤੇ ਨਾ ਛੱਤਾਂ ਸਾਂਝੀਆਂ ਸੀ, ਸਾਡੇ ਨਾਲ ਬੜੇ ਭਾਈਬੰਦੀ ਉਹਨਾਂ ਦੀ, ਉਹ ਸਾਡਾ ਨਾਨਾ ਅਤੇ ਉਹਨਾਂ ਦਾ ਬਾਪ ਜਿਹੜੇ ਉਹ ਭਰਾ ਬਣੇ ਸੀ। ਸਾਨੂੰ ਜਦੋਂ ਸਾਡੇ ਘਰ ਉਹਨਾਂ ਦੇ ਵਿਆਹ ਸ਼ਾਦੀ ਨੂੰ, ਸਾਨੂੰ ਸਾਡੇ ਪਿੰਡ ਦੇ ਸਿਕੰਦਰਪੁਰ ਸਾਨੂੰ ਬੰਦਾ ਕਰਨਾ ਵੀ ਵਿਆਹ ਫਲਾਂ ਦੇ ਤੁਹਾਵਣਾ, ਅਸੀਂ ਜਾਣਾ ਵਿਆਹਾਂ 'ਤੇ, ਉਹਨਾਂ ਨੇ ਸਾਨੂੰ ਆਖਿਆ ਮਿੱਤਰਾ ਪਾਕਿਸਤਾਨ ਗਿਆ ਬਾਣਾ, ਆਪਾਂ ਨਹੀਂ ਰਹਿਣਾ, ਆਪਣਾ ਹੋ ਗਿਆ ਵੱਟਾ, ਮੁਸਲਮਾਨ ਹੋਣਗੇ ਆਪਾਂ ਜਾਵਾਂਗੇ ਇੱਧਰੋਂ। ਜੱਟ ਗੱਲ ਸੁਣਦੇ ਨਹੀਂ ਸੀ, ਉਹ ਭੱਜ ਭੱਜ ਇੱਕ ਦਿਨ ਨਿਕਲੇ ਵਿਚਾਰੇ, ਰਾਏਪਿੰਡ 5 ਕੋਲ 7 ਸਟੇਸ਼ਨ ਪੈਂਦਾ ਸੀ, ਉੱਥੇ ਗਏ, ਪਤਾ ਨਹੀਂ ਉਹਨੂੰ ਕੀ ਬਣਿਆ ਕਿਵੇਂ ਨਹੀਂ, ਉਹ ਬਾਬਾ ਰੋਟੀ ਵੇਲੇ ਮੁੜ ਕੇ ਆ ਗਏ, ਸਟੇਸ਼ਨ 'ਤੇ ਅਪੜਿਆ ਨਾ ਗਿਆ, ਰਾਹ ਡਰ ਡੁਰ ਗਏ, ਕੋਈ ਬੰਦੇ ਪਏ ਕਿਸ ਤਰ੍ਹਾਂ ਹੋਇਆ ਉਹਨਾਂ ਨਾਲ, ਉਹ ਮੁੜ ਕੇ ਆ ਗਏ ਅਤੇ ਮੈਂ ਛੱਤ 'ਤੇ ਚੜਿਆ ਉੱਤੇ, ਸੱਦੇ ਜੱਟ ਲੱਗੇ, ਫਿਰ ਜਾਈ ਮੈਨੂੰ ਆਖਣ ਐਵੇਂ ਚੜਿਆ, ਮੈਂ ਇਹ ਤਾਂ ਅਸਾਂ ਮੰਨ ਲੈਣਾ, ਅਸਾਂ ਘਰ ਜਾਣ ਜੱਟ ਆਖਣ ਖੱਤਰੀ, ਖੱਤਰੀਆਂ ਦੇ ਘਰ ਅਸੀਂ ਮੰਨਣੇ, ਅਸੀਂ ਮੰਨਾਂਗੇ, ਕਮਲੇ ਜੱਟ ਸੀ, ਜਾਣੇ ਨਹੀਂ ਸੀ, ਅਨਪੜ੍ਹ ਜ਼ਿਆਦਾ ਸੀ, ਅਨਪੜ੍ਹਤਾ ਪੜ੍ਹਿਆ ਲਿਖਿਆ ਕੋਲ, ਖੱਤਰੀਆਂ ਨੂੰ ਦੇਖੋ ਪਤਾ ਲੱਗ ਗਿਆ, ਉਹਨਾਂ ਨੂੰ ਪਤਾ ਸੀ, ਉਹਨਾਂ ਨਾਲ ਦੂਜੇ ਤੇਰੇ ਰਹਿ ਕੇ ਫਿਰ ਨਿਕਲ ਪਏ, ਫਿਰ ਹਮਲਾ ਹੋਇਆ ਸੀ ਜਾਂ ਵੈਸੇ? ਨਾ ਵੈਸੇ ਹੀ ਹਮਲਾ, ਕੋਈ ਨਹੀਂ ਹੋਇਆ ਸਾਡੇ 'ਤੇ, ਕਿਤੇ ਨਹੀਂ ਹਮਲਾ, ਰਾਹ 'ਚ ਨਹੀਂ ਕਿਤੇ ਹੋਇਆ, ਅਸੀਂ ਸਹੀ ਲਾਉਣ ਆਏ ਹਾਂ। ਜਿਹੜੇ ਉਹ ਨਾ ਕਿਤੇ ਭਾਈਕੋਟ ਪਿੰਡ 'ਚ ਉੱਥੇ ਗਏ ਤਾਂ ਉੱਥੇ ਬਦਮਾਸ਼ ਤੇਲੀ ਸੀ, ਇੱਕ ਬੈਂਕੇ ਸ਼ਾਹ ਸੀ ਬਾਬਾ, ਉਹਦੇ ਕੋਲ ਵਿਜੈ ਚੰਗੀ ਸੀ,
ਉਹਨਾਂ ਫੜ ਲਿਆ, ਦੂਜੇ ਮੁੜ ਕੇ ਆ ਗਏ। ਉਹਨਾਂ ਪਿੰਡ ਆਖਿਆ ਬੈਂਕ ਜਾਂ ਉਹਨਾਂ ਨੇ ਫੜ ਲਿਆ ਮਾਈਕੇ ਤੇਲੀ, ਮੈਨੂੰ ਬੰਦੇ ਗਏ ਜੱਟ ਛੜਾ ਲਿਆ। ਇਹ ਮਾੜੀ ਕਹਾਣੀ ਪੂਰੀ ਸੁਣਾਓ, ਉਹ ਬਾਂਕੀ ਸ਼ਾਹ ਕੌਣ ਸੀਗਾ? ਖੱਤਰੀ ਮਹਿਤਾ ਜਾਜ, ਉਹ ਖੱਤਰੀ ਸੀ। ਹਾਂ, ਚਾਰ ਭਰਾ ਸੀ ਉਹ, ਤੇਲੀ ਨੇ ਫੜ ਲਿਆ। ਹਾਂ, ਤੇਲੀ ਸੀ। ਉਹ ਕਿਹੜੇ ਪਿੰਡ ਦਾ ਸੀ? ਭਾਈਕੋਟ ਦਾ। ਭਾਈਕੋਟ ਦਾ? ਹਾਂ। ਉਹਨੇ ਜਥਾ ਬਣਾਇਆ ਹੋਣਾ ਉਦੋਂ? ਨਹੀਂ, ਉਹ ਜਥਾ ਜਨ ਕਹਿੰਦੇ ਉਹ ਬਦਮਾਸ਼ ਸੀ ਪਹਿਲੇ ਦੇ। ਪਹਿਲੇ ਤੋਂ ਬਦਮਾਸ਼ ਸੀ? ਹਾਂ। ਇਹ ਛੜਾ ਕੇ ਕਿੱਦਾਂ ਲਿਆਏ, ਜ਼ੋਰ ਨਾਲ ਜਾਂ ਸਹਿਮਤੀ? ਜਾਂ ਸਹਿਮਤੀ ਨਾਲ ਲਿਆਏ। ਅੱਛਾ ਜੀ। ਸਾਡਾ ਬੰਦਾ ਛੱਡ ਦਿਓ, ਤੁਹਾਨੂੰ ਕਹੀਂ ਨਾ ਖਾਇਆ। ਉਹਨੇ ਕੋਈ ਕੋਈ ਪੈਸਾ ਟਕਾ ਨੱਕੋ, ਕੋਈ ਨਾ ਆਇਆ, ਨਾ ਮਨ ਆ ਗਿਆ ਪਿੰਡ। ਅਗਲੇ ਦਿਨ ਅਸੀਂ, ਮੈਂ ਚੁੱਕ ਕੇ ਆਇਆ ਸੀ, ਮੇਰੇ ਨਾਲ ਰਹਿੰਦੇ ਮੇਰਾ ਜੀ ਜੀ, ਸਾਡੇ ਚੌਂਕ ਸੀ ਬੂਹੇ ਦੇ, ਵੱਡਾ ਸਾਰਾ ਖੂਹ ਸੀ ਉੱਥੇ। ਉਹ ਚਾਰ ਪਾਉਣੀਆਂ ਪੈਂਦੀਆਂ ਉਹਦੇ 'ਤੇ, ਤਿੰਨ ਮਾਰਿਆਂ ਦੀ ਇੱਕ ਪੰਚਾਇਤ ਵਾਲੀ ਹੁੰਦੀ ਸੀ, ਆਪਾਂ ਲੋਕਾਂ ਨੂੰ ਪਾਣੀ ਭਰਨਾ। ਉਹ ਮੇਰਾ ਪਾਣੀ ਕਰਦੇ, ਮੈਂ ਨਹਾਈ ਜਾਂਦਾ। ਤਿੰਨ ਗੱਡੇ ਮੁਲਾਜ਼ਮਾਂ ਦੇ, ਪਰ ਕਿਤੇ ਮੈਂ ਇਹਨੂੰ ਵੇਖਿਆ, ਪਰ ਲੋਕ ਜਿਹੜੇ ਥਾਣਾ ਸੀ ਮੁਗੜਸਰਾਂ, ਉੱਥੋਂ ਮੁਲਾਜ਼ਮ ਬਦਲੇ, ਥਾਣੇਦਾਰ ਅਤੇ ਕੋਈ ਡਾਕਟਰ ਡੂਕਟਰ ਸੀ। ਉਹਨਾਂ ਨੇ ਲੱਗਿਆ ਹੁੰਦੇ ਗੱਡੇ ਕਿਰਾਏ 'ਤੇ, ਉਹਨਾਂ ਕਿਤੇ ਮਜ਼ਬੀਆਂ ਦੇ ਸਮਾਨ ਲੱਦਿਆ ਉੱਤੇ। ਜਿਵੇਂ ਸਾਡੇ ਪਿੰਡ ਅਸੀਂ ਸੜਕ ਦੋ ਮਿਲ ਜਾਂਦੀ ਸੀ ਕੱਚੀ, ਉਹ ਤਾਂ ਰਾਏ ਵੰਡਣ ਜਾਂਦੇ ਸੀ, ਉੱਥੇ ਅੱਗੇ ਦੋ ਪਿੰਡ ਮੁਲੇ ਨਿਕਲ ਗਏ, ਉਹਨਾਂ ਨੂੰ ਪੈ ਗਏ। ਉਹਨਾਂ ਕੋਲ ਅਸਰ ਸੀ, ਉਹਨਾਂ ਵਿਖਾਇਆ, ਫਿਰ ਪੀਹਾਂ ਹਟ ਗਏ। ਉੱਥੇ ਨਾ ਸਾਡੇ ਪਹਿਲਾਂ ਸਿਪਾਹੀ ਲੱਗਾ ਰਿਹਾ ਸੀ, ਸੁਨਿਆਰਾ ਸੀ ਜਾਤ ਦਾ, ਪ੍ਰੀਤਮ ਸਿੰਘ। ਉਹਨੇ ਆਖਿਆ ਵੀ ਆਪਾਂ ਕਮਾਸੀ ਚੜ ਗਏ, ਤਾਂ ਬਚਾ ਕੇ ਪਿੰਡ ਵੱਡਾ ਹੈ ਉੱਥੇ। ਉਹ ਆ ਗਏ ਦੁਪਹਿਰੇ, ਉਹਨਾਂ ਆਖਿਆ ਤੁਹਾਨੂੰ ਸ਼ਾਮ ਨੂੰ ਗੱਲ ਦੱਸਾਂਗੇ। ਹੁਣ ਤਾਂ ਸਾਰੀ ਜਨਤਾ ਟੁੱਟ ਫਿਰਦੀ, ਸ਼ਾਮ ਪਈ ਉਹਨੇ ਬੰਦਿਆਂ ਦੋ ਚੋਣ ਸੱਦ ਕੇ ਸਾਨੂੰ ਆਖਿਆ ਵੀ ਇਹ ਕਰੋ, ਆਪਾਂ ਰਹਿਣਾ ਨਹੀਂ, ਕਿਸੇ ਢੰਗ ਨਾਲ ਨਹੀਂ, ਮਾਰੇ ਜਾਂਗੇ ਰਾਹ 'ਚ। ਕਿਵੇਂ ਕਰੀਏ ਬਾਈ? ਉਹਨੇ ਸਾਨੂੰ ਦਿਓ ਘੋੜੀਆਂ, ਅਸੀਂ ਜਾਂਦੇ ਹਾਂ ਖਾਲੜੇ ਰਾਤ ਰਾਤ। ਖਾਲੜੇ ਜਾ ਕੇ ਤਾਂ ਅਸੀਂ ਹੁਣ ਮਿਲਟਰੀ ਟਰੱਕ ਆਵੇਗਾ, ਅਤੇ ਮੈਨੂੰ ਉਹ ਖਤਰੀਆਂ ਆਖਿਆ ਆਪਣੇ ਵਿਆਹ, ਸਾਡੀ ਮਨਾ ਨੇ ਚਾਚੀ ਆ ਦਿਓ, ਤੂੰ ਵੀ ਚਾਚੀ ਨਾ ਹੋ, ਜੇ ਟੁੱਟ ਨਕਦੀ ਚੀਜ਼ ਇਹਨੂੰ ਤੁਹਾਡੇ ਕੋਲ ਪੈਸਾ ਟਕਾ ਜੋ ਤੂੰ ਚਲੇ ਜਾ, ਤਾਂ ਐਂ ਗਨਰੀ ਬਣ ਛੱਡੋ, ਟਰੱਕ ਆਵੇਗਾ ਸਾਡੇ ਨਾਲ ਬਹਿ, ਅਸੀਂ ਆਪਾਂ ਚਲੇ ਚੱਲਾਂਗੇ, ਜੱਟ ਜਾਣੇ ਨੇ ਕੰਮ ਜਾਣੇ। ਠੀਕ ਹੈ। ਉਹ ਵੀ ਜਿਹੜੇ ਖਾਲੜੇ ਆ ਉਹ ਪਿਛਵਾੜ ਸੀ ਨਾ ਮੁੜੇ। ਅੱਛਾ ਜੀ। ਅਸੀਂ ਘਰੇ ਨਿਕਲ ਪਏ, ਸਾਡੇ ਪਿੰਡ ਲਾਂਭ ਦੇ ਪਿੰਡਾਂ ਵਾਲੇ ਆ ਗਏ, ਹੋਰ ਜੱਟ ਵੇਖੋ, ਗੱਡਾ ਆ ਕੇ, ਕੋਈ ਬਲਦ ਕੇ, ਕੋਈ ਘੋੜੀ ਕੇ, ਕੋਈ ਸਾਰੇ ਸਵੇਰ ਤੋਂ ਲੈ ਕੇ ਸਾਡੇ ਪਿੰਡ ਜੁੜੀ ਗਏ। ਜਿਹਨਾਂ ਨੇ ਬਾਗ ਪੀ ਗਏ, ਘਰਾਂ 'ਚ ਆ ਕੇ ਲੋਕ ਰੋਟੀ ਪਾਣੀ ਪਕਾਉਣ ਲੱਗ ਪਏ ਉਹਨਾਂ ਨੂੰ। ਜਿਹੜੇ ਨਵਾਬ ਸੀ ਸਾਡੇ ਛੱਪੜ ਸੀ, ਅਤੇ ਉਹਦੀ ਛਾਂ ਬੜੀ ਪਿੱਪਲ ਬੋੜਾ, ਲੋਕ ਉਹਨੂੰ ਥੱਲੇ ਬਹਿੰਦੇ ਗਏ। ਸ਼ਾਮ ਪਈ, 5 ਵਜੇ ਅਸੀਂ ਵੀ ਉਹਨਾਂ ਨਾਲ ਟੁਰ ਪਏ। ਅਗਰ ਪਿੰਡਾਂ ਦੇ ਰੋਸੇ ਉੱਥੇ ਅੱਜ ਉਹ ਵੀ ਸਾਡੇ ਨਾਲ ਤਿਆਰ ਹੋ ਗਏ। ਇੱਧਰ ਮਾਂਗਾ ਪਿੰਡ ਸੀ, ਬਦਮਾਸ਼ਾਂ ਦਾ ਬੜਾ ਵੱਡਾ ਪਿੰਡ ਸੀ, ਬਹੁਤ ਵੱਡਾ ਪਿੰਡ। ਸ਼ਾਂਗਾ ਮਾਂਗਾ? ਨਹੀਂ ਮਾਂਗਾ ਨਹੀਂ, ਸ਼ਾਂਗਾ ਮਾਂਗਾ ਤਾਂ ਉਹ ਚੂਨੀ ਕੋਲ, ਉਹ ਵੀ ਮੇਰੇ ਵੇਖਿਆ ਜਾਣਨਾ ਹੁਣ, ਜਿਹੜਾ ਬੜਾ ਵੱਡਾ ਸੀ ਉੱਥੇ। ਹਾਂ, ਬਹੁਤ ਵੱਡਾ ਸੀ। ਹਾਂ, ਉਹ ਨਾ ਮਾਂਗੇ ਵਾਲੇ ਸਾਨੂੰ ਆਪ ਰਹੇ ਆ ਗੋ, ਤੁਸੀਂ ਪੜ ਭੰਨੀ ਜਾਂਦੇ, ਤੁਹਾਨੂੰ ਡਰ ਨਾ, ਸਾਡੇ ਪਿੰਡ ਆ ਜਾਓ, ਪਿਛਾ ਮੁੜ ਕੀ ਕਰਦੇ ਜੀ ਬੰਦਿਆਂ ਦੇ ਬਾਅਦ, ਜਿੰਨੀ ਜਨਤਾ ਜਿਹੜੇ ਜੇ ਰਹੀ ਲਈਆਂ, ਜਿਵੇਂ ਵੇਖੀ ਜਾਵੇ, ਅਸੀਂ ਤਾਂ ਮੁੜਦੇ ਨਹੀਂ ਬਾਈ। ਉਹ ਮੁੜ ਗਏ, ਸਾਡੇ ਪਿੰਡ 'ਚ ਨਾ 5-6 ਘਰ ਜੱਟਾਂ ਦੇ ਰਹਿ ਗਏ। ਉਹ ਆਉਂਦੇ ਐਵੇਂ ਜੱਟ ਲਗਾ ਜਾਣੇ, ਕਈ ਨਿਕਲ ਗਏ ਨੇ ਜੱਟ ਵੀ, ਰਹਿ ਗਏ ਜਿਹੜੇ ਇਹਨਾਂ ਦੇ, ਅਸੀਂ ਆ ਗਏ। ਉਹ ਅਸੀਂ ਸਾਰੀ ਰਾਤ ਤੁਰੇ ਆਏ, ਦਿਨ ਚੜਿਆ ਹੈਗਾ, ਦਿਨ ਚੜ ਸਾਰੀ ਰਾਤ ਭੁੱਖੇ ਪਾਣੀ 'ਚ ਵੇਖ, ਮਾਲ ਡੰਗਰ 'ਚ ਕੋਈ ਕੋਈ, ਸਾਡੇ ਕੋਲ ਤਾਂ ਗੱਡਾ ਨਹੀਂ ਬਲਦੀ, ਅਸੀਂ ਤਾਂ ਕਿਸੇ ਨਾਲ ਟੁਰ ਕੇ ਆਉਂਦੇ ਸਾਂ, ਅਸੀਂ ਤਾਂ ਵਾਹ ਨਹੀਂ ਸੀ ਕਰਦੇ, ਸਾਡੇ ਮਜ਼ਾਰੇ ਕੰਮ ਕਰਦੇ ਨੌਕਰਾਂਗਰ। ਉਹ ਅਸੀਂ ਜਿਹੜੇ ਅਗਲਾ ਦਿਨ ਸਾਰੇ ਟੁਰੇ, ਜਗਲੀ ਅੱਧੀ ਰਾਤ ਨੂੰ ਇੱਕ ਥਾਂ 'ਤੇ ਅਸੀਂ ਬਦੋ ਬਦੀ ਦੁਨੀਆਂ ਡਿੱਗ ਪਈ, ਤਾਂ ਕਈ ਨੀਂਦਰਾਂ ਨੂੰਦਰਾਂ ਪੈ ਗਏ, ਉਹ ਕੋਈ ਗੋਲੀ ਚੱਲੇ ਗਈ, ਉਹਨੇ ਚੱਲੇ ਚੜੀ ਸਾਥ ਨੂੰ ਉੱਠ ਰਹੇ, ਝਟਕੜ ਫਿਰ ਟੁਰ ਪਏ, ਨਹਿਰ ਨਹਿਰ ਆਉਂਦੇ ਸਨ। ਉਹਦੇ ਸਵੇਰੇ ਫਿਰ ਮੀਂਹ ਲੱਗ ਪਿਆ ਪੈਣ, ਬੜਾ ਮੀਂਹ ਪਿਆ, ਬੜਾ ਮੀਂਹ ਪਿਆ। ਇੱਕ ਪਿੰਡ ਵਿੱਚ ਆਏ, ਬਾਟਲ ਦੇ ਪਿੰਡ ਸੀ ਉਹ, ਬਿਲਕੁਲ ਅਗਲੇ ਪਾਸੇ ਹਿੰਦੁਸਤਾਨ ਜਿਹੜਾ ਪਿੰਡ ਸੀ, ਆਹ ਪਾਕਿਸਤਾਨ ਸੀ, ਉੱਥੇ ਰਾਤ ਫਿਰ ਪੈ ਗਈ, ਉੱਥੇ ਫਿਰ ਡਟ ਗਏ, ਰਾਤ ਪੈ ਗਏ। ਉੱਥੇ ਲੋਕਾਂ ਨੇ ਜਿੱਦਾਂ ਗੱਡੇ ਸੀ, ਰਾਤ ਡੰਗਰ ਛੱਡਦੇ, ਭੁੱਖੇ ਸੀ, ਕਈਆਂ ਦੇ ਦਿਨ ਲੱਭੇ, ਕਈ ਦਿਨ ਲੱਭੇ ਜੀ, ਰੁਪਏਗਾ ਖਾਂਦੇ ਪੀਂਦੇ ਹੋਏ। ਉੱਥੇ ਅਗਲਾ ਦਿਨ ਸਾਨੂੰ ਸਾਰਾ ਉਹਨਾਂ ਤਿੰਨਾਂ ਕੋ ਪਹੁੰਚ ਵਾਰ 'ਚ ਲੱਗਾ, ਟੁਰਦੇ ਟੁਰਦੇ ਫਿਰ ਉਹ ਪਿੰਡ 30 ਪਟਰੋਲਾਂ ਨੇ ਪਿੰਡ। ਅੱਛਾ ਜੀ। ਮਾਸਟਰ ਦੀ ਮਾਂ ਦੀ ਭੂਆ ਸਾਕੀ ਉਹਦੇ, ਇੱਧਰ ਇੰਡੀਆ ਦੇ ਪਾਸੇ। ਹਾਂ, ਉਹ ਇਹ ਦਰਿਸਤਾਨ ਪਹਿਲਾ ਪਿੰਡ ਉਹ ਪਾਕਿਸਤਾਨ ਦੀ ਹਾਲਤ ਉੱਤੇ। ਉੱਥੇ ਰਾਤ ਰਹੇ, ਉੱਥੋਂ ਅਗਲਾ ਫਿਰ ਟੁਰ ਪਏ, ਅਗਲੇ ਦਿਨ ਫਿਰ ਰਾਤ ਭਿੱਖੀ ਭੰਡਾਰ ਹੈ। ਉੱਥੇ ਰਾਤ ਰਹੇ ਅਤੇ ਤੜਕੇ ਇੱਧਰੋਂ ਸੜਕ ਆਉਂਦੀ ਸੀ,
ਕਸੂਰੋਂ, ਇੱਧਰੋਂ ਦੀਆਂ ਪੱਟੀਆਂ, ਇੱਧਰੋਂ ਦੀ ਖਾਲੜਿਓਂ, ਅਤੇ ਕੋਨੀ ਜੀ ਸੀ ਅਸੀਂ ਇਹ ਕਸੂਰ ਆ ਅਤੇ ਅਸੀਂ ਪੱਟੀ ਨੂੰ ਪੈਣਾ ਸੀ ਉੱਧਰ ਦਾ ਖੜੇ ਖੁੜੇ ਦੇ ਮੁਸਲਮਾਨ ਆ ਕੇ ਲੱਗੇ। ਉਹ ਮੁਸਲਮਾਨ ਸੀ ਕੋਈ 60-70 ਕੁੜੀਆਂ ਬੰਦੇ ਪੀਹਾ ਕੋਈ ਮਾਰਿਆ ਗਿਆ ਵਿਚਾਰੇ। ਉਹਨੂੰ ਕਹਿੰਦੇ ਡੰਡੇ ਕਈ ਉਹ ਸੱਟ ਦਿੱਤੇ ਸਰਦਾਰੋ, ਅਸੀਂ ਤਾਂ ਮਰੇ ਅੱਗੇ ਉਹਨੇ ਸਾਡੇ ਪੱਲੇ ਕੋਈ ਜਿਹੜੇ ਇੱਧਰੋਂ ਗਏ ਉੱਧਰ। ਹਾਂ, ਪੱਟੀ ਪੁੱਟੀ ਦੇ ਸਥਾਨ 'ਤੇ ਲੋਕ ਸੀ, ਪੱਟੀ ਦੇ ਮੁਗਲਾਂ ਦਾ ਬਹੁਤ ਵੱਡਾ। ਹਾਂ, ਉਹ ਤਾਂ ਪਹਿਲਾਂ ਨਿਕਲੇ ਹੋਰ ਗਰੀਬ ਜਨਤਾ ਸੀ ਯਾਰੀ। ਆ ਕੇ ਤੁਹਾਡੇ ਕੋਲ ਉਹਨਾਂ ਨੇ ਆਪਣੇ ਡੰਡੇ ਸੁੱਟਦੇ ਸੁੱਟਦੇ ਹੱਥ ਜੋੜ ਥਾਣੇ ਨਾਲ ਆ ਕੇ ਆਖਿਆ ਵੀ ਉਹਨੂੰ ਮਾਰ ਲਿਓ, ਪੁਲਿਸ ਵਾਲੇ ਨੇ ਆ ਕੇ ਉਠਾਉਣਾ ਸਿੱਖੀ ਪਿੰਡ ਤੁਹਾਨੂੰ ਕਿਹਾ। ਹਾਂ, ਲੋਕ ਸਾਰੀ ਦਾ ਜੋਗ ਜਿਹੇ ਥਾਂ ਤਾਂ ਵੇਖ ਕੇ ਤਰਸ ਆਉਂਦਾ, ਮੈਂ ਤਾਂ ਆਪਦੇ ਪੋਤਰੇ ਅਰਗਾ ਉਦੋਂ। ਤੁਸੀਂ ਕਿਹਾ ਨਹੀਂ? ਨਾ, ਮੇਰੇ ਸਾਹਮਣੇ ਮਾਰਿਆ ਇੱਕ ਬੰਦਾ ਉਹਨਾਂ, ਸਿਰਫ ਇੱਕ ਬੰਦਾ ਨਹੀਂ ਮਾਰੇ ਸਾਰੇ ਉਹਨਾਂ, ਮੈਂ ਕੋਲ ਖੜਾ ਇੱਕ ਬੰਦੇ ਦੇ ਉਹਨਾਂ ਮਾਰਿਆ ਬਰਸ਼ਾ ਆ ਕੇ ਕਹਿੰਦੇ ਸਾਡੇ ਪਿੰਡ ਦੇ ਬੰਦਾ ਮੁੰਡਾ ਜੀ ਜਿਹੜੀ ਮਾਰੇ। ਹਾਂ, ਦੋ ਮਾਰੇ ਬਰਸ਼ਾ ਜਿਹਾ ਡਿੱਗ ਪਿਆ, ਦੋ ਜਵਾਕ ਸੀ ਉਹਦੇ ਨਿੱਕੇ ਨਿੱਕੇ ਜਿਵੇਂ ਮਾਸਟਰ ਦਾ ਪੋਤਰਾ, ਬਈ ਕਿਹੜੀ ਮੋਢੇ 'ਚ ਵਾਇਆ ਸੀ, ਇੱਕ ਕੁੰਗਲ ਨਾਲ ਆਇਆ ਸੀ ਉਹ ਵਿਚਾਰੇ ਤੋਂ ਪਾਪਾ ਪਾਪਾ ਕਹੇ ਉਹ ਰੋਣ ਪਿਆ ਸੀ। ਹੁਣ ਮੁੜ ਕੇ ਸਲੰਦਰ ਕਿ ਮਿਲਟਰੀ ਆਉਂਦੀ ਪਈ, ਤੁਸੀਂ ਇਹਨਾਂ ਨੂੰ ਨਾ ਖਿੱਚ ਕੇ ਖਾਣਾ ਛੱਡ ਦਿਓ ਪਾਸ, ਸਾਡੇ ਲੋਕਾਂ ਨੇ ਆਖਿਆ ਮਿਲਟਰੀ ਉਦੋਂ ਆਪ ਚੱਲਣ ਦਿੱਤਾ ਵਾ ਲੋਕਾਂ ਨੂੰ। ਰਾਤ ਇੱਕ ਮਿੰਟ ਪਿੰਡ 'ਚ ਚਲੇ ਗਏ, ਰਾਤ ਉੱਥੇ ਰਹੇ, ਸਵੇਰੇ ਉੱਠ ਕੇ ਪੱਟੀ ਆ ਗਏ, ਪੰਜ ਚਾਰ ਦਿਨ ਪੱਟੀ ਰਹੇ, ਕੁਛ ਨੂੰ ਚੱਲ ਕੇ ਤਰਨ ਤਾਰਨ ਰਾਤ ਉੱਥੇ ਰਹੇ। ਫਿਰ ਅਸੀਂ ਅੰਮ੍ਰਿਤਸਰ ਆ ਗਏ, ਅੰਮ੍ਰਿਤਸਰ ਜਲੰਧਰ ਛੱਡਦੇ ਸੀ ਕਿ ਨੇੜੇ ਰਾਮ ਤਲਾਈ ਇੱਕ ਜਗ੍ਹਾ ਸੀ ਜੀ ਜੀ ਤਲਾਜ ਆ, ਉੱਥੇ ਖਲੋਣ ਲੱਗੇ ਸਾਡੇ ਕਿਸੇ ਪਿੰਡ ਪਟਵਾਰੀ ਲੱਗਾ ਰਿਹਾ ਸੀ ਇੱਕ ਨਹਿਰੀ, ਉਹਨੇ ਕਿਸੇ ਬੰਦੇ ਸਿਆਣੇ ਤੋਂ ਮਗਰ ਬੰਦਾ ਭਜਾਇਆ, ਆਹ ਜਿਹੜੇ ਜਾਂਦੇ ਨਾ ਇਹਨਾਂ ਨੂੰ ਪੁੱਛ ਵੀ ਘੁੰਮਣੇ ਜੇ ਜੇ ਕਹਿੰਦੇ ਮਾਸਾਂ ਦੇ ਤੈਨੂੰ ਮੋੜ ਲਿਆ ਵੀ ਨਾਲ, ਉਹਨੇ ਨਸਲ ਨੂੰ ਆਖਿਆ ਸਾਨੂੰ ਉਹ ਮੋੜ ਕੇ ਉਹਦੇ ਪਟਵਾਰੀ ਕੋਲ ਲੈ ਗਿਆ। ਪਟਵਾਰੀ ਕੋਈ ਵੱਡਾ ਹਰਾਲ ਜਾਈ, ਉਹਨੇ ਕਿਹਾ ਜੀ ਗਰੀਟ ਬੋੜੀ ਇਹਦੇ ਵਿੱਚ ਰੱਖ ਦਿਓ, ਪਿੱਛੇ ਧੋਣਾ ਹੈ, ਗੱਡੇ ਹੈਰਾਂ ਨਾ ਵੇ ਲਸਾਂ ਲੋਕਾਂ ਦੇ ਖਿਲਾਰਤੇ। ਰਾਤ ਨੂੰ ਲੰਗਰ ਪਾਣੀ ਦਿੱਤਾ, ਲੰਗਰ ਪਾਣੀ ਸਾਰੀ ਜਿੱਦਾਂ ਇਕੱਠੀ ਕਰਦੀ ਸੀ ਉਸਲੇ, ਇੱਕ ਨਹੀਂ ਥੋੜ੍ਹਾ ਦਿਨਾਂ ਸੀ ਜੀ ਜੀ। ਉਹ ਲੰਗਰ ਪਾਣੀ ਰਾਤ ਛਕਾਇਆ, ਸਵੇਰੇ ਉਹਨੂੰ ਛਕਾਇਆ, ਉਹਨੇ ਕਿਹਾ ਬਹੁਤ ਕੋਸ਼ਿਸ਼ ਇੱਥੇ ਵੀ ਆਪਾਂ ਕੋਈ ਸਾਧਨ ਸੋਚਾਂਗੇ। ਬੰਦੇ ਨਾ ਟਿਕੇ, ਤੁਰ ਪਏ ਉੱਥੋਂ, ਤੁਰ ਪਏ ਸਾਡੇ ਨਾਲ ਜਿਹੜਾ ਮਾਰਾ ਮੇਰੇ ਨਾਲ ਰਹਿੰਦਾ ਸੀ ਨਾ ਉਹ ਠੰਡਾ ਅਤੇ ਰੋਟੀ ਪਕਾਉਂਦਾ ਸੀ ਉੱਥੇ, ਚੌਂਕੀ ਸੀ ਮਾਂਗਾ, ਠੰਡਾ ਸੀ ਅਰਜਨ ਸਿੰਘ ਆ ਕਰਿੰਡੇ ਦਾ ਸੀ ਉਹ ਪਿੱਛਾ ਦਾ ਪਿੰਡ। ਠੀਕ ਹੈ ਜੀ। ਉਹਨਾਂ ਠਾਣੇ ਉਹ ਵੀ ਉੱਥੇ ਸਾਡੇ ਨਾਲ ਜਿਹੜੀ ਖਤਰੀ ਖੁਤਰੀ ਸੀ ਇਹਨਾਂ ਦੇ ਮੇਰੇ ਮੂਹਰੇ ਸਾਰੀ ਜਨਤਾ ਉੱਥੇ ਅੰਮ੍ਰਿਤਸਰ ਰਹਿ ਗਈ, ਅਸੀਂ ਜੱਟ ਜਿਹੜੇ ਰਹਿ ਕੇ ਟੁਰ ਪਏ। ਮਹਾਰਾਜ ਜਿਹੜਾ ਸੀ ਨਾ ਉਹ ਠਾਣੇ ਚਲਾ ਗਿਆ ਰਾਮ ਬਾਗ, ਉੱਥੇ ਜਿਹੜੇ ਮੌਕੇ ਦੇ ਵਾਲੇ ਸਾਡੇ ਪੰਡਿਤ ਸੀ ਨਾ ਠੰਡਰ, ਉਹ ਵੀ ਉੱਥੇ ਬੈਠਾ ਆ, ਅੱਗੇ ਕਿਰਿਆ ਸੀ ਉਹ ਵੀ ਬੈਠਾ ਆ, ਜਿਹਦੀ ਰੋਟੀ ਪਕਾਉਂਦਾ ਉਹ ਵੀ ਬੈਠਾ ਆ, ਉਹ ਮਿਲਿਆ ਦਾ ਵੀ ਸੁਣਾਓ ਕੋਈ ਫੈਰ ਸੁੱਖ ਮੈਂ ਖੜੀ ਚੁੱਕੀ ਹੈ, ਕੋਈ ਗੱਲ ਨਹੀਂ ਸਮਝ ਰਿਹਾ, ਆਪਣਾ ਮਾਨ ਆ ਗਿਆ। ਉਹਨਾਂ ਦਾ ਵੀ ਸਾਡੇ ਇੱਕ ਮਾਮੇ ਦਾ ਪੁੱਤਰ ਸੀ, ਸਬ ਇੰਟਰਪ੍ਰੀਟਰ ਸੀ, ਉਹ ਲੱਗਿਆ ਮਜੀਠੀ ਉਸਦੇ, ਉਹਨੇ ਆਖਿਆ ਵੀ ਉਹ ਉਹਨੂੰ ਮਿਲੋ, ਉਹ ਤਾਂ ਤੁਹਾਨੂੰ ਭਾਲਦਾ ਫਿਰਦਾ, ਉਹਦਾ ਪਤਾ ਨਹੀਂ ਪਿੰਡ ਦਾ ਬੰਦਾ ਆਇਆ ਕੋਈ, ਮਾਰੇ ਨਹੀਂ ਗਏ ਲੋਕ ਤਾਂ। ਠੀਕ ਠੀਕ। ਸਾਨੂੰ ਅਸੀਂ ਵਾਹ ਵਾਹ ਅੰਮ੍ਰਿਤਸਰੋਂ ਨਿਕਲਿਆ ਹੈ ਤੂੰ ਮਾਰਾ ਭੱਜ ਕੇ ਮਗਰੋਂ ਮਿਲਿਆ ਪੀਹਾ ਮੁੜੋ ਸੀ, ਅਸੀਂ ਮੁੜ ਕੇ ਨਾ ਮਹਿਤੇ ਚੌਂਕ, ਮਹਿਤੇ ਦਾ ਰੋਡ ਹੈ ਮਹਿਤਾ ਰੋਡ, ਉੱਥੇ ਉੱਪਰਾ ਬਸਤੀ ਵੀ ਸੀ ਮੁਸਲਮਾਨਾਂ ਦੀ, ਨਿੱਕੇ ਨਿੱਕੇ ਕਮਰੇ ਸੀ, ਉਹ ਫਿਰ ਭੱਜ ਗਏ, ਅਲਟੀ ਸੀ ਉੱਥੇ ਪਾਣੀ ਵਾਲੀ, ਉਹਦਾ ਤਾਂ ਤੱਕ ਕੇ ਸਾਰਾ ਪਿੰਡ ਉੱਥੇ ਬਹਿ ਗਏ। ਮੰਦਿਰ ਠਾਂਦਰ ਨੂੰ ਮਿਲੇ ਮਜੀਠੇ, ਉਹ ਆਇਆ ਅਗਲੇ ਟਰੱਕ ਲਏ ਦੋ ਕੁ ਬੋਰੀਆਂ ਦਾਣੇ ਦੇ ਗਿਆ, ਉਹ ਜਿਹੜੇ ਸੀ ਨਾ ਖੱਤਰੀ ਪਿੰਡ ਰਹਿ ਗਏ ਅੰਮ੍ਰਿਤਸਰ, ਉਹ ਸਾਰੇ ਸਾਡੇ ਫਿਰ ਮਾਮੇ ਸਾਡਾ ਜੀ ਨਹੀਂ ਲੱਗਦਾ, ਫਿਰ ਇਕੱਠੇ ਹੋ ਗਏ ਸਾਰੇ। ਫਿਰ ਅਸੀਂ ਉੱਥੋਂ ਚੱਲ ਪਏ, ਨਾ ਟਿਕੇ ਹੁੰਦੇ ਆ ਕੇ ਠਾਂਦਰ ਦੇ, ਚੱਲਦੇ ਚੱਲਦੇ ਕਰਤਾਰਪੁਰ ਆ ਗਏ ਬਿਆਸ ਲੰਘ, ਉੱਥੇ ਫਿਰ ਅਸੀਂ ਇੱਕ ਥਾਂ ਖਲੋਣ ਲੱਗੇ ਇਸ ਤਰ੍ਹਾਂ, ਅਤੇ ਉੱਥੇ ਦੋ ਬੰਦੇ ਆ ਇੱਥੇ ਨਾ ਖਲੋਵੋ, ਛੇਤੀ ਮੀਲਾਂ 'ਚ ਮੁਸਲਮਾਨ ਦਾ ਕਾਫਲਾ ਆਉਂਦਾ ਪਿਆ, ਤੁਹਾਨੂੰ ਖਾ ਜਾਣਗੇ, ਉਹ ਰਾਤ ਬੜਾ ਮੁਸ਼ਕਿਲ ਨਿਕਲਣਾ ਇੱਥੇ। ਅਸੀਂ ਤੁਰ ਕੇ ਅਗਾਂਹ ਦੂਰ ਜਾ ਕੇ ਢੇਰ ਕੋਲ ਜਾ ਬੈਠੇ, ਇੱਥੇ ਬੜੀ ਜਨਤਾ ਸੀ ਅੱਗੇ ਲੋਕ, ਉਹ ਦੋ ਤਿੰਨ ਦਿਨ ਕਾਫਲਾ ਲੰਘਦਾ ਰਿਹਾ, ਦੇਖਿਓ ਕਾਫਲਾ। ਹਾਂ, ਸਾਡੇ ਕੋਲ ਆਉਂਦਾ ਰਿਹਾ, ਅਸੀਂ ਇਸ ਨੂੰ ਛੱਡ ਕੇ ਫਿਰ ਆ ਕੇ ਬੈਠੇ, ਮੀਂਹ ਪੈਣ ਲੱਗ ਪਿਆ, ਫਿਰ ਉੱਥੇ ਆ ਗਏ ਮੁੜ ਕੇ ਬੰਗਲਾ ਸਰਕਾਰੀ ਜਿਹਾ, ਉਹ ਚਾਹ ਬੈਠੇ ਉਹ ਵਿਚਾਰੇ। ਫਿਰ ਜਿਹੜੇ ਬੁੱਢੇ ਵੱਡੇ ਸੀ ਉਹਨਾਂ ਉੱਤੇ ਪਾਏ ਉਹਨੇ, ਜਿਵੇਂ ਬੇੜੀ ਨਹੀਂ ਨੇ ਆ ਇਹਦੀਆਂ ਹੀ ਗੱਡੀਆਂ, ਉਹਦੇ ਉੱਤੇ ਉਹਨਾਂ ਪਾਏ ਉਹਨੇ ਤੇ ਲਈ ਜਾਣੇ, ਕਈਆਂ ਨੇ ਡੰਗਰ ਮਗਰ ਵਧੇ ਗਾਈ ਮੱਝੀ, ਉਹ ਵਿਚਾਰੀਆਂ ਨੇ ਗਰਮੀ ਦੇ ਨਿਵਸ ਜਾਣ, ਖਿੱਚਣ ਪਿਹਾਣਾ ਵਾ ਕੋਈ ਹਾਲ ਨਾ, ਕਈਆਂ ਛੱਡ ਦਿੱਤੀਆਂ ਉੱਥੇ ਪੈ ਜਾਣ ਲੱਗ ਜਾਣ ਡੰਗਰ, ਬੁਰਾ ਹਾਲ ਉਹਨਾਂ ਦਾ ਵਿਚਾਰਿਆਂ ਦਾ। ਫਿਰ ਉਸ ਨੂੰ ਸਾਡੇ ਮਗਰੋਂ ਬੰਦਾ ਇੱਕ ਆਇਆ, ਉਹਦਾ ਵੀ ਗੌਰ ਆ ਨਾ ਤਹਿਸੀਲਿਆਂ ਜਨਾਲੇ 'ਚ ਬਹਿਣਾ ਪਿਛਾ ਮੁੜੋ, ਫਿਰ ਪਿਛਾ ਮੁੜ ਗਏ, ਦੋ ਤਿੰਨ ਰਾਤ ਰਾਹ ਲੱਗੇ, ਵਿਆਹ ਰਹੀਏ ਪੀਓ ਪੈਣੇ ਅਮੀਰੇ
ਮਿਲ ਤੇ ਮਿਲ ਠੀਕ ਫਿਰ ਇੱਕ ਜਗ੍ਹਾ ਡਿੰਡਿਆਲੇ ਇੱਕ ਰਹੀਏ ਰਾਤ ਰਹੇ ਅੰਮ੍ਰਿਤਸਰ ਚਲੇ ਗਏ ਉੱਥੋਂ ਫਿਰ ਅਸੀਂ ਘਰਾਂ ਲੱਗ ਪਏ ਜਨਾਲੇ ਸੜਕ ਤੇ ਫਿਰ ਉਹ ਬੰਦਾ ਆਇਆ ਵੀ ਪੀਹਾਂ ਮੁੜ ਮਜੀਠੇ ਚੱਲਣਾ ਅੱਛਾ ਉਹ ਮਜੀਠੇ ਮੁੜ ਗਏ ਕੱਟੀ ਹੋਈ ਪਤੰਗ ਵਾਂਗ ਕਦੀ ਕਦੀ ਉੱਧਰ ਮਜੀਠੇ ਮੁੜ ਗਏ ਤੇ ਉੱਥੇ ਇਹਨਾਂ ਮਜੀਠੇ ਥਾਣੇ ਪਿੰਡ ਸੀ ਦੋ ਤਿੰਨ ਬੜੇ ਵੱਡੇ ਮੁਸਲਮਾਨਾਂ ਦੇ ਨਾਕਲਾਂ ਵਗੈਰਾ ਹਾਂ ਕਿਹੜੇ ਪਿੰਡਾਂ ਦੇ ਨਾਂ ਕੀ ਸੀ ਨਾਗ ਨਾਗ ਦੇਖੇ ਹੋਣੇ ਤਾਂ ਹਾਂਜੀ ਗਿੱਲਾਂ ਦੇ ਪਿੰਡ ਸੀ ਮੁਸਲਮਾਨ ਗਿੱਲਾਂ ਦੇ ਪਿੰਡ ਸੀ ਦੋ ਤਿੰਨ ਪਿੰਡ ਹੈ ਨਾਗਾਂ ਦੇ ਉੱਥੇ ਚਾਰਾ ਇੱਦਾਂ ਆਉਂਦਾ ਤੇ ਉਹਨਾਂ ਆਖਿਆ ਵੀ ਤੁਸੀਂ ਲੋਰ ਗਏ ਇੱਥੇ ਨਹੀਂ ਬਹਿ ਸਕਦੇ ਇੱਥੇ ਤਾਂ ਆਉਣਗੇ ਮੁਰੱਬਿਆਂ ਜਿਹੜੇ ਗਏ ਨੇ ਅੰਮ੍ਰਿਤਸਰ ਚੋਂ ਲੈਲਪੁਰ ਉਹ ਬਣ ਕੇ ਤੁਹਾਂ ਜਨਾਲੇ ਜਾਣਾ ਫਿਰ ਉੱਥੇ ਜਾ ਕੇ ਪਿੰਡ ਪਸੰਦ ਕੀਤਾ ਪਿੰਡ ਸਾਰਾ ਸੜਿਆ ਕੋਠਾ ਕੋਨਾ ਸੀ ਕਿਹੜਾ ਪਿੰਡ ਸੀ ਉਹ ਨਿਜ਼ਾਮਪੁਰਾ ਨਿਜ਼ਾਮਪੁਰਾ ਫਤਿਹਗੜ੍ਹ ਚੂੜੀਆਂਪੁਰਾ ਸ਼ਹਿਰ ਪੈਂਦਾ ਸੀ ਜੀ ਜੀ ਸ਼ਹਿਰ ਜਾਈਏ ਉਹ ਗੁਰਦਾਸਪੁਰ ਚ ਪੈਂਦਾ ਸੀ ਠੀਕ ਠੀਕ ਤੇ ਕੋਟਲਾ ਗੁਜਰਾਂ ਸਟੇਸ਼ਨ ਲੱਗਦਾ ਸੀ ਉੱਥੇ ਲੋਕਾਂ ਆਖਿਆ ਵੀ ਜ਼ਮੀਨ ਵਾਵਾ ਪਾਣੀ ਮੋਗਾ ਬੜਾ ਵੜ ਗਿਆ ਸੀ ਉੱਥੇ ਬਣ ਜਾਣਗੇ ਆਪੇ ਅਸੀਂ ਇਹ ਠੀਕ ਉੱਥੇ ਕਿਸੇ ਪਾਰਟੀ ਉੜ ਪਏ ਸੀ ਉਹਨਾਂ ਸਾਰਾ ਝਗੜਾ ਹੋ ਗਿਆ ਉਹ ਵੀ ਲਾਹੌਰੀਏ ਸੀ ਲਾਹੌਰੀ ਉਹ ਪਹਿਲਾਂ ਬੈਠੇ ਸੀ ਸਾਥੋਂ ਅਸੀਂ ਨੇ ਫਿਰ ਲੜਨਾ ਸ਼ੁਰੂ ਕਰਤਾ ਹਾਂ ਲੜਾਈ ਹੋ ਗਈ ਲੜਾਈ ਹੋ ਗਈ ਝਗੜਾ ਚੱਲ ਪਿਆ ਹੱਥ ਹੀ ਲੜਾਈ ਨਹੀਂ ਹੋਈ ਕਾਗਜ਼ ਲੜਾਈ ਹੁੰਦੀ ਰਹੀ ਉਹ ਸੀ ਉਹ ਬਹੁਤ ਤੇਜ਼ ਬੰਦੇ ਉਹਦਾ ਨਾ ਕੋਟਲਾ ਗੁਜਰਾਂ ਉੱਥੇ ਵਕੀਰ ਸਿੰਘ ਹੋਇਆ ਸੀ ਉਹਨੂੰ ਕਮੇਟੀ ਆ ਜਾ ਦੇ ਉਹ ਪਿੰਡਾਂ 'ਤੇ ਹਮਲਾ ਕਰਦਾ ਸੀ ਮੁਸਲਮਾਨਾਂ 'ਤੇ ਅਤੇ ਪੰਜ ਚਾਰ ਕੁੜੀਆਂ ਨੇ ਛੱਡ ਛੱਡੀਆਂ ਅਤੇ ਇੱਕ ਉੱਥੇ ਪਿੰਡ ਦੇ ਵੇਖ ਗਈ ਪੰਡਤਾਂ ਜ਼ਮੀਨ ਵਾਵਾ ਉਹਨਾਂ ਦੀ ਹਵੇਲੀ ਉੱਥੇ ਵੱਖਰੀ ਪਾਈ ਸੀ ਮਜ਼ਾਰੇ ਪਾਏ ਸੀ ਮੁਸਲਮਾਨ ਇਹ ਜੱਟ ਗਏ ਨੇ ਇੱਧਰੋਂ ਸਾਥੋਂ ਪਹਿਲਾਂ ਇੱਡ ਬੈਠੇ ਉਹਨਾਂ ਨੂੰ ਆਖਿਆ ਘੋੜੀਆਂ ਨੇ ਸਰਦਾਰਾ ਘੋੜੀਆਂ ਬੰਨ ਕੇ ਰੱਖ ਅੱਛਾ ਜੀ ਅਸੀਂ ਘੋੜੀਆਂ ਨਹੀਂ ਬਾਰਾਂ ਨਹੀਂ ਛੱਡ ਦੇਣੀਆਂ ਅਸੀਂ ਵੀ ਕਿਤੇ ਖਾਣਾ ਪੀਣਾ ਇੱਥੇ ਉੱਧਰੋਂ ਉਹਨੇ ਜਿਹੜਾ ਪੰਡਿਤ ਸੀ ਉਹਨੇ ਲਿਆ ਕੇ ਨਾ ਮੱਝ ਵੀ ਉੱਥੇ ਬਾਤ ਮੁਸਲਮਾਨ ਪਾਈ ਉਹਨੇ ਫਸਲ ਨਾ ਖਰਾਬ ਹੋਵੇ ਉਹ ਜੱਟ ਸੀ ਉਹਨਾਂ ਕਰਕੇ ਹੁਣ ਪੰਡਿਤ ਨੂੰ ਜਿਹੜਾ ਪੰਡਿਤ ਇਹ ਸਭ ਮੁਸਲਮਾਨ ਉਹ ਆਦਰਸਾਂ ਲੈਣਾ ਹੈ ਪੰਡਿਤ ਵੀ ਤੰਗ ਹੋ ਗਿਆ ਉਹਨਾਂ ਸਾਡੇ ਵਾਲੇ ਠਾਂਦਰ ਨੂੰ ਚੁੱਕਿਆ ਉਹਨਾਂ ਕਿਹਾ ਫਸਾਰਾ ਆਪਾਂ ਇਹਨਾਂ ਨੂੰ ਕੱਢ ਦਿਆਂਗੇ ਅਤੇ ਆਪਣੇ ਬੰਦੇ ਵੱਗ ਗਏ ਉਹ ਵਾਹਵਾ ਕੋਈ ਨਿਕਲੇ ਨਹੀਂ ਸਤੋਂ ਦੋ ਸਾਲ ਝਗੜਾ ਹੀ ਚੱਲਦਾ ਰਿਹਾ ਨਾ ਉਹਨਾਂ ਕੋਈ ਵਾਇਆ ਨਾ ਸਫੀ ਜਿਹਾ ਕੋਈ ਨਾ ਸੋਝ ਪੀ ਰਹੀ ਮੁੜ ਕੇ ਤੇ ਉਹ ਪਹਿਲਾਂ ਅੱਧਾ ਪਿੰਡ ਉਹਨਾਂ ਨੇ ਅੱਧਾ ਸਾਨੂੰ ਜੇ ਸੂਬਾ ਮਿਲ ਗਿਆ ਪਰ ਹਜੇ ਵੀ ਨਾ ਅਲਾਟ ਹੋ ਗਿਆ ਉਹ ਜਿਹੜੀ ਸਾਡੀਆਂ ਪੈਂਦੀਆਂ ਪੈ ਗਈਆਂ ਅਤੇ ਉਹ ਨਿਕਲ ਗਏ ਉੱਥੋਂ ਇੱਕ ਰਹਿ ਗਿਆ ਉਹ ਜ਼ਮੀਨ ਵੀ ਉਹ ਬੈਠਾ ਰਿਹਾ ਉਹਨੇ ਫਿਰ ਅਪੀਲ ਕਰਕੇ ਦੋ ਸਾਲੀ ਫਿਰ ਸਾਡੇ ਬੰਦੇ ਅੱਠ ਸੱਤ ਘਰ ਦੇ ਉਹਨੇ ਫਿਰ ਜ਼ਮੀਨ ਆਦਿ ਪਵਾ ਲਈ ਉੱਥੇ ਤੁਹਾਨੂੰ ਫਿਰ ਉੱਠਣਾ ਪਿਆ ਫਿਰ ਉਹ ਫਿਰ ਨਹੀਂ ਜਿਹੜੀ ਉੱਠ ਰਹੀ ਜਿੰਨੀ ਜ਼ਮੀਨ ਉਹ ਨਿਕਲ ਅਸੀਂ ਤਾਂ ਬੈਠੇ ਰਹੇ ਜੀ ਜੀ ਦੋ ਚਾਰ ਘਰ ਹੀ ਨਿਕਲੇ ਸੀ ਫਿਰ ਉਹਦੇ ਕਬਜ਼ੇ ਲੜਾਈ ਹੋ ਗਈ ਸਾਡੇ ਨਾਨਕੇ ਪਿੰਡ ਦੋ ਬੰਦੇ ਮਾਰੇ ਗਏ ਲੜਾਈ 'ਚ ਕਤਲ ਹੋ ਗਏ ਉਹ ਜਿਹੜੇ ਮੁੰਡੇ ਨੇ ਮੇਰੇ ਕੋਲ ਬਰਛਾ ਮਾਰਿਆ ਸੀ ਮੁਸਲਮਾਨ ਨੂੰ ਭਿੱਖੀ ਪਿੰਡ ਜੀ ਜੀ ਉਹਨੂੰ ਫਿਰ ਬਰਛੀ ਭੱਜੀ ਪੱਕੀ ਗੱਲ ਹੈ ਹਾਂ ਬਰਛੀ ਨਾ ਮਰਿਆ ਓ ਹੋ ਇੱਥੇ ਭੱਜੀ ਨੇ ਸਾਹਮਣੇ ਸਾਡੇ ਅੱਖਾਂ ਵੀ ਵਜੇ ਹੋਏ ਅਸੀਂ ਉਹਨਾਂ ਦੇ ਪਹਿਲੀ ਨਾਲ ਸੀ ਅਸੀਂ ਤਿੰਨੇ ਭਰਾ ਉੱਥੇ ਨਾ ਮਾਸਟਰ ਦਾ ਪਿਓ ਅਤੇ ਇੱਕ ਛੋਟਾ ਨਾਲ ਦੇ ਘਰ ਵਾਲਾ ਅਸੀਂ ਕਮਾਰ ਗੋੜਦੇ ਪਿਆ ਰੰਬਿਆਂ ਨਾਲ ਐਡਾ ਐਡਾ ਕਮਾਰ ਸੀ ਸਾਡੇ ਸਾਹਮਣੇ ਲੜਾਈ ਹੋਈ ਉਹਨੂੰ ਬਦਲਾ ਦੇਣਾ ਪਿਆ ਫਿਰ ਤੁਹਾਨੂੰ ਉਸੇ ਵੇਲੇ ਯਾਦ ਆ ਗਿਆ ਹੁਣ ਜਦੋਂ ਨੇ ਮੁਸਲਮਾਨ ਮੈਂ ਇਹਦੀ ਵੀ ਗੱਲ ਕਰਨਾ ਹੈ ਤੁਹਾਡੇ ਨਾਲ ਕੀਤੀ ਕਹੀ ਨਾ ਬਹੁਤ ਵੱਡੀ ਗੱਲ ਹਾਂ ਉਹ ਉਸੇ ਮੌਤ ਗਿਆ ਉਹਨੇ ਮਾਰਿਆ ਹਾਂ ਉਹ ਮਰਨ ਵਾਲੇ ਬਰੀ ਹੋ ਗਏ ਦੋ ਮਰ ਗਏ ਇੱਕ ਵੱਡਾ ਤੇ ਬੜੀ ਛੇਤੀ ਤੁਸੀਂ ਉਹਦਾ ਅੰਜਾਮ ਦੇਖ ਲਿਆ ਹਾਂ ਬੜੀ ਛੇਤੀ ਕਈ ਕੰਮ ਅੱਖਾਂ ਨਾਲ ਵੇਖੇ ਨੇ ਜਿਹੜੇ ਤੁਹਾਡੇ ਪਿੰਡ ਬਹਿ ਗਏ ਸੀਗੇ ਉਹ ਜਿਹੜੇ ਪਿੰਡ ਰਹਿੰਦੇ ਸਾਡੇ ਇਹ ਤਾਂ ਬਿਲਕੁਲ ਸਕੇ ਸੀ ਮੇਰੇ ਨਾਨੇ ਦੇ ਭਤੀਜੇ ਸੀ ਉਹ ਇੱਕ ਦੋ ਹੋਰ ਘਰ ਜੱਟ ਰਹਿ ਗਏ ਉਹ ਢਾਈ ਸੌ ਗੱਲਾਂ ਜ਼ਮੀਨ ਸੀ ਅਤੇ ਉਹਦੇ ਉਹ ਵੀ ਰਹਿ ਗਏ ਉਹਦੇ ਚਾਚੇ ਪੁੱਤਰ ਸੀ ਇੰਨੀ ਜ਼ਮੀਨਾਂ ਕੋਲ ਚਾਰ ਸੀ ਉਹ ਵੀ ਰਹਿ ਗਏ ਇੱਕ ਸੱਤ ਅੱਠ ਸੌ ਰੁਪਏ ਦਾ ਮਾਲਕ ਸੀ ਉਹ ਵੀ ਰਹਿ ਗਏ ਤੁਹਾਡੇ ਪਿੰਡ ਦੀ ਗੱਲ ਹੈ ਹਾਂ ਸਾਡਾ ਨਾਨਕਾ ਪਿੰਡ ਦੀ ਹੈ ਉਹ ਮੁਸਲਮਾਨ ਹੋ ਗਏ ਉੱਥੇ ਨਾ ਸਿੱਖ ਹੀ ਸੀ ਉਹ ਰਹਿ ਗਏ ਸਾਡੇ ਮਗਰੋਂ ਮਗਰੋਂ ਚਾਰ ਦਿਨ ਤਾਂ ਰਹਿ ਚੰਗੇ ਪਲੇ ਉਹ ਚੌਥੇ ਦਿਨ ਉਹਨਾਂ ਨੂੰ ਮੁਸਲਮਾਨ ਪੈ ਗਏ ਪਿੰਡ ਦੇ ਮੁਸਲਮਾਨ ਬਹੁਤ ਨੇਕ ਸੀ ਸਾਡੇ ਉਹਨਾਂ ਇਹ ਜੱਟ ਪੱਕੇ ਉਹਨਾਂ ਮੁਸਲਮਾਨਾਂ ਜਾ ਬਾਹਰ ਡੱਕ ਲਏ ਉਹਨਾਂ ਸਰਦਾਰੋ ਤੁਸੀਂ ਬੈਠੇ ਰਹੋ ਅਸੀਂ ਮਰਾਂਗੇ ਤੁਹਾਡੇ ਕੋਲ ਆਵੇਗਾ ਪਿੰਡ ਵਾਲੇ ਨੇ ਕਿਹਾ ਹਾਂ ਉਹਨਾਂ ਜਾ ਕੇ ਡੱਕ ਲਏ ਬਾਹਰ ਥੋੜ੍ਹੀ ਵਾਰ ਅਤੇ ਗੁਰਦੁਆਰਾ ਖੂਹ ਸੀ ਬਾਹਰ ਚੱਲਦਾ ਕਾਸ਼ਟ ਹੁੰਦੀ ਸੀ ਉੱਥੇ ਉਹਨਾਂ ਕਿਹਾ ਵੀ ਤੁਸੀਂ ਮੁੜ ਜਾਓ ਮੈਨੂੰ ਇਹ ਤਾਂ ਲੈਣਾ ਹੈ ਭਾਂਡੇ ਸਾਡੇ ਬੱਚੇ ਦੀ ਭਾਂਡੇ ਦੇਗਾ ਦੂਗਾ ਬਣੀਆਂ ਸੀ ਪਿੰਡ 'ਚ ਉਹਨਾਂ ਕਿਹਾ ਅਸੀਂ ਪਿੰਡ 'ਚ ਬੈਠੇ ਹਾਂ ਤੁਹਾਨੂੰ ਕਿਵੇਂ ਲਿਜਾਣ ਦਿਆਂਗੇ ਤੁਹਾਨੂੰ ਪਤਾ ਜਿਵੇਂ ਤੁਸੀਂ ਪਾਲਾ ਚਾਹੁੰਦੇ ਮੁੜ ਜਾਓ ਇੱਥੋਂ
ਰਾਤ ਨਾਲ ਬੰਦਿਆਂ ਨੂੰ ਇਕੱਠੇ ਕਰਕੇ ਆਖਿਆ ਸਰਦਾਰੋ ਅੱਜ ਤਾਂ ਆਏ ਥੋੜ੍ਹੇ ਅਤੇ ਕੱਲ੍ਹ ਨੂੰ ਹੋਰ ਦੋ ਪਿੰਡਾਂ ਰੱਖ ਪਏ ਸਾਥੋਂ ਵੱਧ ਹੋਏ ਫਿਰ ਕੀ ਬਣੇਗਾ। ਉਹਨਾਂ ਕਿਹਾ ਇਹਦੇ ਨਿਗਾਹ ਮਾਰਨੇ ਜਿਵੇਂ ਆਪਾਂ ਆਈਨ ਮਾਰ ਕੇ ਫਤਿਹਪੁਰ ਅੰਮ੍ਰਿਤ ਸਾਰੇ ਦੇ ਲੋਕ ਉੱਠ ਗਏ ਨੇ ਅਸੀਂ ਨਿਕਲਦੇ ਮਰੇ ਮਰਾਏ ਅਸੀਂ ਤਾਂ। ਉਹਨਾਂ ਕਿਹਾ ਅਸੀਂ ਇੰਨਾ ਕਰ ਸਕਦੇ ਹਾਂ ਵੀ ਤੁਹਾਨੂੰ ਮੰਗਾ ਅਸੀਂ ਪਿੰਡ ਬੜਾ ਵੱਡਾ ਉੱਥੇ ਤੁਹਾਨੂੰ ਛੱਡ ਆਉਂਦੇ ਬੈਠੇ ਨੇ ਜਿਵੇਂ ਉਹਨਾਂ ਨੂੰ ਵੇਖ ਵਿਖੀ ਜਾਇਆ ਜੇ। ਉਹਨਾਂ ਨਾਲ ਇੱਕ ਓਟ ਹੁੰਦੀ ਸੀ ਮੁਸਲਮਾਨ ਉਹ ਛੱਪੜਾਂ 'ਚ ਟੱਟ ਪੜ ਕੇ ਅਤੇ ਮਾਛੀ ਟੇਪ ਬੰਦੇ ਕੰਧਾ ਕਰਦੇ ਲੋਕਾਂ ਦੀਆਂ ਉਹਦੇ ਨਜਾਇਜ਼ ਬੰਦੂਕ ਸੀ ਇੱਕ ਉਹਨੇ ਸਾਥੋਂ ਮਗਰੋਂ ਕੱਢੀ ਪਹਿਲਾਂ ਨਹੀਂ ਜਦੋਂ ਦੂਜੇ ਗਏ ਨਹੀਂ ਬੰਦੇ ਸਾਡੇ ਉਹਨਾਂ ਦਿੰਦੇ ਕੱਢੀ ਇੱਕ ਨਾਲ ਦੇਖਿਆ ਸ਼ਾਮ ਕੇ ਪੱਟੀਆਂ ਪਿੰਡ ਮੁਸਲਮਾਨਾਂ ਰੰਗੜਾਂ ਦਾ ਉਹਨਾਂ ਨਾਲ ਸਾਡਾ ਮੋਗਾ ਸਾਂਝਾ ਸੀ ਬੜੀ ਮਿਲਮਰ ਸੀ ਉਹਨਾਂ ਨਾਲ ਲੋਕਾਂ ਨਾਲ ਉਹਨਾਂ ਨਾਲ ਉਹਨਾਂ ਕੋਲ ਇੱਕ ਬੰਦੂਕ ਸੀ ਮੰਨਾ ਮਮਦੀਪ ਸਿੰਘ ਉਹਦੇ ਕੋਲ ਉਹ ਆ ਗਿਆ ਅਤੇ ਇਹਨਾਂ ਸਾਰੇ ਉਹਨਾਂ ਗੱਡੀਆਂ ਦੇ ਨਾਲ ਜਿਹੜੇ ਮੁਸਲਮਾਨ ਛੱਡ ਕੋਲ ਗੱਡਾ ਮਾੜਾ ਹੀ ਉਹਨਾਂ ਮੁਸਲਮਾਨ ਕਿਹਾ ਮੇਰਾ ਗੱਡਾ ਚੋਲ ਹੈ ਛੱਡ ਦੇ ਇੱਥੇ ਬਦਲ ਦੇ ਜੇ ਉਹਨਾਂ ਗੱਡੇ ਬਦਲ ਲੋਕ ਲਿਆਏ ਨੇ ਉਹਨਾਂ ਦੇ ਫਿਰ ਉਹ ਚਾਰ ਦਿਨ ਮੰਗ ਕੇ ਬੈਠੇ ਰਹਿੰਦੇ ਰਾਤ ਫਿਰ ਆ ਕੇ ਕੁੜੀਆਂ ਘਰ ਸੌਂ ਰਹੇ ਨੇਗਾ ਪਵਨ ਪਾਗਲ ਲੋਕ ਅਤੇ ਉੱਥੋਂ ਫਿਰ ਨਾ ਖੋਜੇ ਸਿੱਖ ਬਾਬਾ ਪੁੱਜਦੇ ਅਤੇ ਘਰ ਉਹਨਾਂ ਕੇ ਕੱਲ੍ਹ ਕੇ ਪਏ ਸੀ ਉਹ ਭੁਲੇਖੇ ਨਾਲ ਦੂਜੇ ਘਰ ਵੜ ਗਏ ਛੀਂਬਿਆਂ ਦੇ ਕੁਝ ਬਚ ਗਏ ਜਦੋਂ ਉੱਥੇ ਪਿੰਡ ਹੋਰ ਬੜੇ ਇਕੱਠੇ ਹੋ ਗਏ ਮੰਗੇ 'ਚ ਉਹਨਾਂ ਲਾਹੌਰ ਜਾ ਕੇ ਉਹਨਾਂ ਰੋਡ ਲੰਘਦਾ ਸੀ ਮਿੰਟੂ ਫਰੀਦਕੋਟ ਆਉਂਦੇ ਲਾਹੌਰ ਸੜਕ ਉਹਨਾਂ ਜਾ ਕੇ ਉੱਥੇ ਛੇ ਟੀ ਵੀ ਸਾਡੇ ਪਿੰਡ ਜੱਟ ਬੜੇ ਜੁੜ ਗਏ ਨੇ ਸੰਤ ਖਾਜਨ ਸੰਤ ਖਤਰਾ ਉੱਥੇ ਸਵੇਰੇ ਜਿਹੜੇ ਰਹੇ ਨੇ ਉਹ ਦੱਸਦੇ ਨੇ ਆਪਾਂ ਤਾਂ ਪਹਿਲੇ ਆ ਗਏ ਉਹਨਾਂ ਆਖਿਆ ਆਹ ਦੋ ਬੰਦੇ ਇੱਥੇ ਗਏ ਨੇ ਸਾਡੇ ਮਾਮੇ ਅਜੇ ਉੱਥੇ ਜੇ ਵਿੱਚੋਂ ਆਏ ਨੇ ਉਹਨਾਂ ਦੇ ਉਹ ਆਉਂਦੇ ਨੇ ਵੀ ਅਠਾਰਾਂ ਟੱਕ ਸਵੇਰੇ ਆ ਕੇ ਮਿੱਟੀ ਦੇ ਨਾਲ ਪਿੰਡ ਸਾਰਾ ਸੀ ਸਰ ਚੁੜੀ ਨਿਕਲਦੀ ਸੀ ਸਵੇਰੇ ਕਈ ਬਾਹਰ ਚੰਗੀ ਹਵੇਲੀ ਸਾਡਾ ਖੁੱਲ੍ਹਾ ਥਾਂ ਸੀ ਉਹਨਾਂ ਆਵਾਜ਼ ਦਿੱਤੀ ਵੀ ਜੋ ਪਗਮਨ ਬੰਦਾ ਨਾ ਪਿੰਡ ਸਭ ਉੱਥੇ ਆ ਜਾਓ ਸਭ ਉਹਨਾਂ ਉੱਥੇ ਕਰ ਲਏ ਇਕੱਠੇ ਜੋ ਜਨਤਾ ਨਿਕਲ ਆਈ ਉਹਨਾਂ ਆਖਿਆ ਜਿਹੜੇ ਮੁਸਲਮਾਨ ਜੇ ਨਿਕਲ ਜਾਓ ਚੋਂ ਉਹ ਘੱਟਦੇ ਸੀ ਜੱਟਾਂ ਜਿਹੜੇ ਰਹਿ ਗਏ ਸਿੱਖ ਖੱਤਰੀ ਜੱਟ ਜੋ ਹਿੰਦੂ ਮਸਲੇ ਦੇ ਉਹਨਾਂ ਨੇ ਐਡੀ ਕਾਂਸਕੁੱਤੀ ਨਾਲ ਮਸ਼ੀਨਾਂ ਬੇੜ ਦਿੱਤੀਆਂ ਸਟੇਨਾਂ ਲਾ ਦਿੱਤੀਆਂ ਉਠਾਂਦਰ ਪਚੰਗਾ ਸੀ ਇੱਧਰੋਂ ਗਿਆ ਸੀ ਉਹਨੇ ਪੁੱਛਿਆ ਵੀ ਅੰਗਰੇਜ਼ੀ ਦੀ ਕੀ ਕਰਦੇ ਉਹਨਾਂ ਇਹ ਸ਼ੂਟ ਕਰਨੇ ਆ ਕੇ ਕੋਈ ਨਿਕਲਦੇ ਨਹੀਂ ਕੌਮ ਨੂੰ ਖਤਰਾ ਹੈ ਉਹਨੇ ਆਖਿਆ ਉਠਾਂਦਰ ਇਹਨਾਂ ਨੂੰ ਕੋਈ ਖਤਰਾ ਨਹੀਂ ਕਿਸੇ ਨੂੰ ਇਹ ਤਾਂ ਆਪਦੀ ਜਾਨ ਲਗਾ ਕੇ ਬੈਠੇ ਨੇ ਤੁਸੀਂ ਇਹਨੂੰ ਟਾਈਮ ਦੇ ਚਲੇ ਜਾਣਗੇ ਉਹ ਮੁਸਲਮਾਨ ਹਾਂ ਉਠਾਂਦਰ ਨੇ ਉਹਨੇ ਫਿਰ ਟਾਈਮ ਦੇਣ ਜਾਣੀ ਫਿਰ ਆਏ ਸਕੂਲ ਲੋਕ ਨਿਕਲ ਟੁੱਟ ਪਏ ਉਹਨੂੰ ਮਾਨ ਵੀ ਝੰਡੇ ਕਲਾ ਕਦੋਂ ਆਏ ਜੀ ਝੰਡੇ ਕਲਾ ਅਸੀਂ ਆਏ ਸੰਨ 60 ਇਸ ਤੋਂ ਪਹਿਲਾਂ ਤੁਸੀਂ ਆਪਣੇ ਪਿੰਡ ਜਾ ਆਏ ਸੀ 57 ਚ ਹਾਂ ਜਾ ਆਏ ਵਿੱਚ ਉਹ ਕਿੱਦਾਂ ਸਬੱਬ ਬਣਿਆ ਜੀ ਉਹ ਸਬੱਬ ਬਣਿਆ ਸੀ ਕ੍ਰਿਕਟ ਦਾ ਮੈਚ ਖੁੱਲ੍ਹਾ ਸੀ ਲਾਹੌਰ ਠੀਕ ਆਰਜੀ ਦੀ ਪਰਮਿਟ ਬਣਦੇ ਸੀ 8 ਦਿਨ ਦਾ ਮੈਚ ਵੇਖਣ ਜਾਂਦੇ ਸੀ ਇਸ ਬਹਾਨੇ ਗਏ ਮੈਂ ਚਿੱਠੀ ਲਿਖੀ ਸੀ ਪਹਿਲਾਂ ਵੀ ਅਸੀਂ ਆਉਣਾ ਹੈ ਫਲਾਣੀ ਤਰੀਕ ਨੂੰ ਮੁਸਲਮਾਨ ਬੜੇ ਆਏ ਲਾਹੌਰ ਤੁਹਾਨੂੰ ਮਿਲਣ ਲਈ ਪਿੰਡ ਦੇ ਹਾਂ ਬੜੇ ਆਏ ਜ਼ਿਲ੍ਹੇ ਦੇ ਅਸੀਂ ਉਸ ਦਿਨ ਸਾਨੂੰ ਨਾਂ ਗਿਆ ਗਿਆ ਅਸੀਂ ਅਗਲੇ ਦਿਨ ਗਏ ਕੋਈ ਆਖਣੇ ਮੈਂ ਝੂਠ ਮਾਰਦੇ ਕੋਈ ਨਹੀਂ ਆਉਂਦੇ ਕੋਈ ਨਹੀਂ 2-3 ਦਿਨ ਚਲੇ ਗਏ ਬਾਕੀ ਖੜ੍ਹੇ ਸੀ ਉਹ ਜਿਵੇਂ ਆਪਾਂ ਨਾ ਕੋਈ ਹੁੰਦਾ ਟੂਰਨਾਮੈਂਟ ਜਨਤਾ ਲਾਂਭੇ ਖੜ੍ਹੀ ਹੁੰਦੀ ਵਿੱਚ ਵੀ ਹੁੰਦਾ ਫਿਰ ਕੋਲ ਕਾਲ ਕਬੱਡੀ ਉਹ ਵਿੱਚ ਘਰ ਬੱਸ ਖਲਾਉਂਦੀ ਲਾਂਭੇ ਇਸ ਤਰ੍ਹਾਂ ਜਨਤਾ ਸੀ ਆਪੋ ਆਪਣੇ ਪਿੰਡਾਂ ਦੇ ਆਏ ਲੋਕ ਸਿਆਣਨ ਵਾਸਤੇ ਆਮ ਜਿਹੇ ਪਿੰਡਾਂ ਦੇ ਹੋਰ ਲੋਕਾਂ ਦੇ ਵੀ ਉਹ ਸਾਡੇ ਕੋਈ 20-30 ਬੰਦੇ ਸੀ ਉਹ ਅਸੀਂ ਆਏ ਸਾਨੂੰ ਉਦੋਂ ਥੋੜ੍ਹੇ ਜਿਹੇ ਇੱਕ ਦਿਨ ਸਿਆਣਦੇ ਸਾਂ ਮੇਰੇ ਮੁੰਡੇ ਅਸੀਂ ਇੱਧਰੋਂ ਕੇਲੇ ਲੈ ਕੇ ਉਹਨਾਂ ਕੋਲ ਕੇਲੇ ਉੱਧਰ ਕੋਈ ਨਹੀਂ ਸਿਆਉਂਦੇ ਉਦੋਂ ਉਹਨਾਂ ਫਿਰ ਖਾਓ ਖਾਓ ਕੇਲੇ ਖੁੱਲੇ ਅਸੀਂ ਆਓ ਤੁਹਾਨੂੰ ਚਾਹ ਪਾਣੀ ਪਿਆਈਏ ਨਾ ਸਰਦਾਰ ਉਹ ਸਾਡੇ ਮੁਲਕ 'ਚ ਆਏ ਜਾਏ ਉਹਨਾਂ ਸਾਹ ਪਿਆਉਣਾ ਸਾਨੂੰ ਅਸੀਂ ਕਿ ਨਹੀਂ ਅਸੀਂ ਵੀ ਪੀਂਦੇ ਚਲੋ ਇਹ ਕਿਵੇਂ ਕਰੀ ਅਸੀਂ ਪਿੰਡ ਚੱਲਣਾ ਹੋਣਾ ਅਸੀਂ ਅੱਡੇ ਜਾ ਕੇ ਬੱਸ ਹੋਏ ਗਏ ਸ਼ਾਮ ਨੂੰ ਪਿੰਡ ਚਲੇ ਗਏ ਅਸੀਂ 3 ਜਣੇ ਗਏ ਸਾਡੀਆਂ 2 ਬਾਦੀਆਂ ਸੀ ਪਿੰਡ ਦੀਆਂ ਛੁੱਪੜ ਸੀ ਜਾਏ ਭਾਜੀ ਉਹ ਉਸ ਬਾਦੀ ਦਾ ਬੰਦਾ ਸੀ ਉਹ ਸਾਨੂੰ ਆਉਂਦੇ ਵੀ ਪਿੰਡ ਗਏ ਨਾ ਅਤੇ ਜਦੋਂ ਗਲੀ 'ਚ ਵੜਨ ਗਏ ਪਿੰਡ ਨੂੰ ਉਹ ਆਉਂਦੇ ਵੀ ਸਾਡੇ ਕੋਲ ਚੱਲੋ ਉਹ ਆਉਂਦੇ ਸਾਹਿਲ ਜਾਣੇ ਨੂੰ ਆਉਂਦੇ ਅਸਲ ਜਾਣੇ ਨੇ ਉਹ ਆਉਂਦੇ ਅਸੀਂ ਤਾਂ ਇਹ ਲੈ ਕੇ ਛੱਡ ਕੇ ਪੱਲੇ ਪਏਗਾ ਮੈਂ ਉਹ ਗਲਬੜ ਬਹੁਤ ਕਰਦਾ ਮੈਂ ਕਿਹਾ ਤੁਸੀਂ ਆ ਜਿਹੜਾ ਬੰਦਾ ਨਾ ਆਪਦਾ ਪਿੰਡਾਂ 'ਚ ਵੀ ਇਹ ਲੈ ਜਾਓ ਠੀਕ ਉਹ ਅਸੀਂ ਉਹਨਾਂ 2 ਅਸੀਂ ਰਾਹ ਗਏ ਰਾਤ ਅਸੀਂ ਉਹਨੇ ਉਹਨਾਂ ਬੈਠ ਵੀ ਮੰਜੇ ਉਹਨਾਂ ਡਾਹ 'ਤੇ ਅਸੀਂ ਬੈਠੇ ਉੱਥੇ ਨਾਲ ਦਾ ਅਸੀਂ ਪਿੰਡ ਮੇਰੇ ਬਾਬਾ ਦਾ ਬਾਬੇ ਲਿਖੀ ਵੱਟਾ ਸੜਦੇ ਉਹਨੂੰ ਪੰਜੇਰੇ ਕੀ ਨਾਂ ਸੀ ਉਹਨਾਂ ਦਾ ਭਗਵਾਨ
ਉਹ ਘਰੋਂ ਮਾਂ ਚੋ ਕੇ ਦੇਖਣਾ ਬਾਟੀ ਮੈਂ ਹੱਥ ਨਹੀਂ ਲਾਇਆ ਜੇ ਦੁੱਧ ਪੀ ਲਓ।